ਬਾਕੀ ਇੰਡਸਟਰੀ ਪਹਿਲਾਂ ਬਹੁਤ ਸੀ, ਸ਼ਿਫਟ ਕਰ ਗਈ, ਪਰ ਪਿਛਲੇ ਸਮੇਂ ਦੌਰਾਨ ਮੈਂ ਬੜੇ ਵੱਡੇ ਪ੍ਰੋਜੈਕਟ ਲੈ ਕੇ ਆਇਆ। ਜੇਕਰ ਤੁਸੀਂ ਰਾਜਪੁਰਾ ਵਾਸੀਆਂ ਨੂੰ ਕੰਮ ਨੂੰ ਬਣਾਉਣੇ ਹੋਣ, ਇੱਦਾਂ ਹੀ ਜਿਹੜੀ ਪਿੰਡਾਂ ਦੇ ਵਿੱਚ ਆ ਸਾਡੇ ਇਸ ਏਰੀਏ ਦੇ ਵਿੱਚ, ਮੇਰੇ ਏਰੀਏ ਵਿੱਚ ਲੈਂਡਡ ਪ੍ਰੋਪਰਟੀ ਬਹੁਤ ਘੱਟ ਹੈਗੀ ਹੈ। ਕਾਰਨ ਕੀ ਸੀ? ਮੈਂ ਕਹਿੰਦਾ ਵੀ ਤੁਸੀਂ ਜਨਤਾ ਨੂੰ ਦੇ ਦਿਲ ਦੇ ਉੱਤੇ ਆਪਣਾ ਨਾਮ ਲਿਖੋ। ਵਿਵਾਦਾਂ ਦੇ ਵਿੱਚ ਬੜਾ ਰਹਿੰਦਾ ਰਾਜਪੁਰੇ, ਤੀਜੇ ਦਿਨ ਕੋਈ ਨਾ ਕੋਈ ਵੀਡੀਓ ਆਡੀਓ ਵਾਇਰਲ ਹੋ ਜਾਂਦੀ ਹੈ। ਉੱਥੇ ਤੁਸੀਂ ਕਿੱਟ ਨਹੀਂ ਲਵਾ ਸਕੇ, ਕਿਤੇ ਜਿੱਥੇ ਕਿਤੇ ਜਾਂਦੇ ਗੱਡੀ 'ਚ ਦੋ ਇੱਟਾਂ ਰੱਖ ਕੇ ਲੈ ਜਾਂਦੇ ਹਾਂ, ਉੱਥੇ ਜਾ ਕੇ ਰੱਖੇ ਨੇ, ਫੋਟੋ ਖਿਚਾ ਕੇ ਅਤੇ ਮੈਂ ਤਾਂ ਹੈਰਾਨ ਹਾਂ ਉਹ 25 ਸਾਲ ਤੋਂ ਬਾਅਦ ਜਾ ਕੇ ਇਹ ਜਿਹੜੀ ਬੀਬੀ ਸਾਡੀ MLA ਆ ਉਹਨੇ ਉਹਦਾ ਉੱਥੇ ਉਦਘਾਟਨ ਕਰਤਾ। ਤੁਸੀਂ ਆਪਣੀ ਫੇਸਬੁੱਕ ਦੇ ਉੱਪਰ ਇੱਕ ਵੀਡੀਓ ਪਾਉਂਦੇ ਹੋ, ਮੀਡੀਆ ਤੁਹਾਨੂੰ ਕਵਰ ਕਰਦਾ, ਉਹ ਕਲਿੱਪ ਹੁੰਦੀ ਹੈ ਇੱਕ ਪੁਲ ਦੀ। ਤੁਸੀਂ ਮੌਜੂਦਾ ਸਰਕਾਰ 'ਤੇ ਇਲਜ਼ਾਮ ਲਾਉਂਦੇ ਹੋ ਕਿ ਤੁਸੀਂ ਨੀਂਹ ਪੱਥਰ ਕਿਉਂ ਰੱਖਿਆ, ਉਦਘਾਟਨ ਕਿਉਂ ਕੀਤਾ, ਆਹ ਪੁਲ ਤਾਂ ਪੁਰਾਣਾ ਪੁਲ ਚੱਲਦਾ ਸੀ, ਉਹ ਗੱਲ ਕੀ ਸੀ? ਜਿਹੜੀਆਂ ਤੁਸੀਂ ਕੰਮ ਕੀਤੇ, ਕੀ ਹੁਣ ਇਹਨਾਂ ਕੰਮਾਂ ਦੀ ਸਾਂਭ ਸੰਭਾਲ ਹੋ ਰਹੀ ਆ ਮੌਜੂਦਾ ਸਰਕਾਰ ਵੱਲੋਂ? ਨਹੀਂ, ਬਿਲਕੁਲ ਨਹੀਂ ਹੋ ਰਹੀ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਬੜਾ ਮਨ ਦੁਖੀ ਹੁੰਦਾ ਜਦੋਂ ਮੈਂ ਨਿਕਲਦਾ। ਉਹਦਾ ਰਾਜਪੁਰਾ ਵਾਸੀ ਦੇ ਨਾਲ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਪੂਰੇ ਮਤਲਬ ਨੌਰਥਨ ਇੰਡੀਆ 'ਚ ਰਾਜਪੁਰਾ ਸਭ ਤੋਂ ਸੋਹਣਾ ਅਤੇ ਸਾਫ਼ ਸ਼ਹਿਰ ਡਿਕਲੇਅਰ ਕੀਤਾ ਗਿਆ ਅਤੇ ਮਾਣਯੋਗ ਭਾਰਤ ਦੇ ਰਾਸ਼ਟਰਪਤੀ ਸਾਹਿਬ ਨੇ ਸਾਨੂੰ ਬਹੁਤ ਵੱਡਾ ਅਵਾਰਡ ਦਿੱਤਾ, ਜਿਹੜਾ ਮੇਰਾ ਮਿਊਂਸੀਪਲ ਕਮੇਟੀ ਦਾ ਪ੍ਰੈਜ਼ੀਡੈਂਟ ਦੇ ਨਾਲ ਈਓ ਅਤੇ ਦੂਜੇ ਮੇਰੇ ਕੌਂਸਲਰ ਵਗੈਰਾ ਉਹ ਪ੍ਰਾਪਤ ਕਰਕੇ ਲੈ ਕੇ ਆਏ। ਕੰਟਰੋਲ ਕਿਉਂ ਨਹੀਂ MLA ਸਾਹਿਬ ਦਾ? ਕਿਉਂਕਿ ਵੱਡੀ ਗੱਲ ਇਹ ਕਿ ਰਾਜਪੁਰਾ ਇੱਕ ਟ੍ਰੇਡ ਦਾ ਹੱਬ ਹੈ ਜਿਹਨੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਸਿਤ ਹੋਣਾ, ਕਿਉਂਕਿ ਪਹਿਲਾਂ ਵੀ ਇੱਥੇ ਫੈਕਟਰੀਆਂ ਰਹੀਆਂ ਨੇ, ਅੱਜ ਵੀ ਪੰਜਾਬ ਰਾਜਪੁਰਾ ਦੇ ਜਿਹੜੇ ਕਾਰੋਬਾਰੀ ਲੋਕ ਹੈਗੇ ਨੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਾਰੋਬਾਰ ਕਰ ਰਹੇ ਨੇ, ਰਾਜਪੁਰਾ ਦੀ ਵੀ ਉਹਨਾਂ ਨੂੰ ਫਿਕਰ ਹੈ। ਕਈ ਕਾਰੋਬਾਰੀ ਇੱਦਾਂ ਦੇ ਨੇ ਕਿ ਪੰਜਾਬ ਦੇ ਵਿੱਚ ਕਾਰੋਬਾਰ ਕਰ ਰਹੇ ਨੇ, ਰਿਹਾਇਸ਼ ਰਾਜਪੁਰਾ ਦੇ ਵਿੱਚ ਹੈ, ਪਰ ਜਦੋਂ ਜਿਹੜੀਆਂ ਵੱਡੀਆਂ ਇੱਥੇ ਵਾਰਦਾਤਾਂ ਹੋ ਰਹੀਆਂ, ਜਿਹੜੀਆਂ ਦਿਲ ਕੰਬਾਊ ਵਾਰਦਾਤਾਂ ਨੇ, ਜਾਂ ਛੋਟੀਆਂ ਮੋਟੀਆਂ ਚੋਰੀਆਂ ਹੋ ਰਹੀਆਂ ਨੇ, ਜਾਂ ਅਫਸਰਾਂ ਦੀਆਂ ਲੀਡਰਾਂ ਦੀਆਂ ਆਡੀਓ ਵਾਇਰਲ ਹੋ ਰਹੀਆਂ ਨੇ ਕਿ ਤੁਸੀਂ ਸਾਡੇ ਨਾਲ ਸੌਦੇਬਾਜ਼ੀ ਕਰ ਲਵਾਂਗੇ, ਜਦੋਂ ਇੰਨਾ ਕੁਛ ਇੱਥੇ ਹੋ ਰਿਹਾ ਤਾਂ ਫਿਰ ਨੁਕਸਾਨ ਨਹੀਂ ਹੋਊਗਾ ਇਸ ਚੀਜ਼ ਦਾ ਫਾਈਨਾਂਸ ਨੂੰ ਵੀ ਅਤੇ ਫੈਕਟਰੀ ਨੂੰ? ਮੇਰਾ ਰਾਜਪੁਰਾ ਸਿਟੀ ਹੈ, ਇਸ ਨੂੰ ਅਸੀਂ ਇੰਨਾ ਸੁੰਦਰ ਬਣਾਇਆ, ਚਿਲਡਰਨ ਪਾਰਕ, ਫੁਆਰਾ ਚੌਂਕ, ਲਾਈਟਿੰਗ, ਵੱਡੇ ਵੱਡੇ ਪਾਰਕ, ਹੋਰ ਪਾਰਕਾਂ 'ਚ ਮਿਊਜ਼ੀਅਮ ਸਿਸਟਮ, ਉਹ ਵੀ ਜਿਹੜਾ ਸੀਗਾ ਇੱਥੇ ਇਹਨਾਂ ਨੇ ਭਾਰਤ ਸਰਕਾਰ ਨੇ ਜਿਹੜਾ ਸਵੱਛ ਭਾਰਤ ਅਭਿਆਨ ਦੇ ਰਾਹੀਂ ਇਹਨੂੰ ਟੋਟਲ ਜਦੋਂ ਸਰਵੇ ਕਰਾਇਆ ਤਾਂ ਵੀ ਆਰ ਨੰਬਰ 1 ਇਨ ਦਾ ਨੌਰਥਨ ਇੰਡੀਆ। ਦੇਖੋ ਵੈਸੇ ਤਾਂ ਬਹੁਤ ਜ਼ਿਆਦਾ ਕੀਤਾ ਇਸ ਏਰੀਏ 'ਚ, ਜਿਹੜਾ ਇਹ ਕੁਆਰਕ ਦਾ ਪ੍ਰੋਜੈਕਟ ਹੈਗਾ, ਜਿਹੜਾ ਇਹ ਕੁਆਰਕ ਇਸ ਅਸੀਂ ਬਹੁਤ ਵੱਡੀ ਮਤਲਬ ਕਿ ਲੜਾਈ ਲੜ ਕੇ ਲੈ ਕੇ ਆਏ ਤਾਂ ਉਹਦੇ ਵਿੱਚ ਅੱਜ ਤੁਸੀਂ ਦੇਖੋ ਜਦੋਂ ਇਹ ਕੰਪਲੀਟ ਹੁੰਦਾ 250 ਏਕੜ ਦੇ ਵਿੱਚ ਹੈਗੀ ਆ, ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈਗਾ ਅਤੇ ਅਨਸ਼ੋਰ ਕਿ ਇੱਥੋਂ ਘੱਟੋ ਘੱਟ ਵੀ 15 ਤੋਂ ਲੈ ਕੇ 25 ਹਜ਼ਾਰ ਬੱਚੇ ਨੂੰ ਇੰਪਲਾਇਮੈਂਟ ਇੱਥੇ ਮਿਲਣੀ ਹੈਗੀ ਆ। ਅਤੇ ਇਸੇ ਤਰੀਕੇ ਮੈਂ ਆਉਣ ਵਾਲੇ ਸਮੇਂ ਦੇ ਅੰਦਰ ਵੀ ਮੇਰੀ ਇਹੀ ਤਮੰਨਾ ਕਿ ਜਿਵੇਂ ਪਹਿਲਾਂ ਜਿਹੜੇ ਕੰਮ ਅਧੂਰੇ ਰਹਿ ਗਏ, ਇੱਕ ਤਾਂ ਮੈਂ ਬੱਚਿਆਂ ਦੇ ਲਈ ਬਹੁਤ ਵੱਡਾ ਖੇਡਾਂ ਦਾ ਮਤਲਬ ਕੰਪਲੈਕਸ ਜਿਹੜਾ ਆਲਰੇਡੀ ਮੈਂ 7 ਏਕੜ ਜਿਹੜੀ ਲੈਂਡ ਉਹ ਲਈ ਹੋਈ ਹੈਗਾ ਉਹਨੂੰ ਮੈਂ ਕੰਪਲੀਟ ਕਰਾਉਣਾ ਚਾਹੁੰਦਾ, ਕਿਉਂਕਿ ਮੇਰੇ ਯਾਦ ਆ ਕਿ ਜਿੱਦਣ ਮੈਂ ਉਹਦਾ ਉਦਘਾਟਨ ਕੀਤਾ ਸੀ ਉਸ ਦਿਨ ਸਾਨੂੰ ਇੰਡੀਆ ਨੂੰ ਗੋਲਡ ਮੈਡਲ ਮਿਲਿਆ ਸੀ ਜੈਵਲਨ ਥਰੋ ਦੇ ਵਿੱਚ, ਅਤੇ ਮੈਂ 8 ਪੁਲ ਬਣਾਏ, ਹਰ ਪਿੰਡ ਨੂੰ ਵੱਡੀ ਸੜਕ ਦੇ ਨਾਲ ਜੋੜਿਆ। ਅਤੇ ਤੁਸੀਂ ਇਹ ਦੇਖੋ ਇੱਕ ਵੱਡੀ ਨਹਿਰ 200 ਕਰੋੜ ਰੁਪਏ ਲਾ ਕੇ ਮੈਂ ਕਢਾ ਕੇ ਦਿੱਤੀ, ਘੱਗਰ ਦੇ ਉੱਤੇ ਬੰਨ ਲਾ ਕੇ 200 ਕਰੋੜ ਰੁਪਏ ਸਾਰੇ ਪਿੰਡਾਂ ਨੂੰ ਪਾਣੀ ਪਹੁੰਚਾਇਆ। ਪੀਣ ਵਾਲੇ ਪਾਣੀ ਦਾ ਮੈਂ ਪ੍ਰੋਜੈਕਟ ਲੈ ਕੇ ਗਿਆ 171 ਕਰੋੜ ਰੁਪਏ ਦਾ, ਜਿਹੜਾ ਇੱਥੇ ਪਵਰੇ ਤੋਂ ਪਾਣੀ ਚੱਕ ਕੇ ਸਾਰੇ ਪਿੰਡਾਂ ਨੂੰ BML ਦਾ ਪਾਣੀ ਦੇਣਾ। ਅਤੇ ਇਹ ਤੋਂ ਇਲਾਵਾ ਵੱਡੇ ਵੱਡੇ ਭਵਨ, 10 ਸਟੇਡੀਅਮ, ਬਨੂੜ ਦਾ ਬਹੁਤ ਵੱਡਾ ਸਟੇਡੀਅਮ, ਇੱਥੇ ਜਿਹੜਾ
ਆਪਣਾ ਜਿਹੜੇ ਮਤਲਬ ਕਿ ਮਨਿਓਰਟੀ ਸੋਰੀ ਇਹ ਤੁਹਾਡਾ ਕਮਿਊਨਿਟੀ ਸੈਂਟਰ ਜਿਹੜੇ ਬਣਾ ਕੇ ਦਿੱਤੇ, ਜੰਝ ਘਰ ਬਣਾ ਕੇ ਦਿੱਤੇ ਵੀ ਜਿੱਥੇ ਗਰੀਬਾਂ ਦੇ ਬੱਚੇ ਆਪਣੇ ਬੱਚੀਆਂ ਦੀਆਂ ਸ਼ਾਦੀਆਂ ਕਰ ਲੈਣ, ਜਾਂ ਜਿਹੜੇ ਅੰਬੇਦਕਰ ਡਾਕਟਰ ਅੰਬੇਦਕਰ ਸਾਹਿਬ ਦੀ ਯਾਦ 'ਚ ਵੱਡੇ ਵੱਡੇ ਭਵਨ ਬਣਾ ਕੇ ਦਿੱਤੇ, ਤਾਂ ਉਹ ਵੀ ਜਦੋਂ ਸਰਵੇ ਹੋਏ ਤਾਂ ਮੇਰੀ ਜਿਹੜੀ ਪੰਚਾਇਤ ਸੰਮਤੀ ਸੀ, ਮਤਲਬ ਜਿਹੜਾ ਰੂਰਲ ਡਿਪਾਰਟਮੈਂਟ ਹੈਗਾ ਗੌਰਮੈਂਟ ਆਫ ਇੰਡੀਆ ਦਾ, ਉਹਨਾਂ ਨੇ ਰਾਜਪੁਰੇ ਦੀ ਜਿਹੜੀ ਹੈਗੀ ਆ ਪੰਚਾਇਤ ਸੰਮਤੀ ਨੂੰ, ਬਲਾਕ ਸੰਮਤੀ ਨੂੰ ਨੰਬਰ 1 ਡਿਕਲੇਅਰ ਕੀਤਾ, ਔਰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ 25 ਲੱਖ ਰੁਪਏ ਦਾ ਇਨਾਮ ਦਿੱਤਾ। ਥੋੜ੍ਹਾ ਉਦੋਂ ਪਾਰਟੀ ਦੇ ਵਿੱਚ ਇੰਟਰਨਲ ਕੋਈ ਮਤਲਬ ਪ੍ਰੋਬਲਮ ਸੀ ਜਿਹੜਾ ਲੋਕਲ ਸਾਡਾ MLA ਸੀ ਉਹਦੇ ਨਾਲ, ਅਤੇ ਪਰ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਇਲਾਕੇ ਨੂੰ ਸੰਭਾਲੋ, ਅਤੇ ਉਹ 2007 ਦੇ ਵਿੱਚ ਮੈਨੂੰ ਪਾਰਟੀ ਨੇ ਇੱਥੋਂ ਆਪਣਾ ਉਮੀਦਵਾਰ ਬਣਾਇਆ ਅਤੇ ਮੈਂ ਹਾਰ ਗਿਆ। ਮੌਜੂਦਾ ਜਿਹੜੇ MLA ਨੇ ਇੱਥੇ ਮੈਡਮ ਨੇ ਨਾ ਮਿੱਤਲ, ਉਹ ਕਹਿੰਦੇ ਨੇ ਕਿ ਰਾਜਪੁਰਾ ਦੇ ਵਿੱਚ ਕਰਪਸ਼ਨ 0 tolerance ਹੈ, ਰਾਜਪੁਰਾ ਦੇ ਵਿੱਚ ਕਰਪਸ਼ਨ ਦਾ ਨਾਮ ਨਹੀਂ, ਕੋਈ ਅਧਿਕਾਰੀ ਸਰਕਾਰੀ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰੀ ਹੈਗਾ, ਪਟਵਾਰੀ, ਤਹਿਸੀਲ, ਕਹਿੰਦੇ ਤੁਸੀਂ ਕਿਤੇ ਚਲੇ ਜਾਓ ਤੁਹਾਡੇ ਤੋਂ ਕੋਈ ਬੰਦਾ 1 rupee ਨਹੀਂ ਲਊਗਾ, ਅਸੀਂ ਰਾਜਪੁਰਾ ਨੂੰ ਕਰਪਸ਼ਨ ਮੁਕਤ ਕਰਤਾ, ਅਸੀਂ ਰਾਜਪੁਰਾ ਨੂੰ ਨਸ਼ਾ ਮੁਕਤ ਕਰਤਾ। ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸਦਾ, 2-3 ਕੁ ਦਿਨ ਪਹਿਲਾਂ ਇੱਕ ਆਡੀਓ ਰਿਲੀਜ਼ ਹੋਈ ਆ ਜਿਹੜਾ ਇਹਨਾਂ ਦਾ ਉਹ MLA ਦਾ ਕੀ ਕੋਆਰਡੀਨੇਟਰ ਆ ਜਿਹੜਾ ਕੋਈ ਕੋਆਰਡੀਨੇਟਰ, ਹਾਂਜੀ ਆਮ ਆਦਮੀ ਪਾਰਟੀ ਦਾ ਜਿਹੜਾ, ਹਾਂਜੀ ਅੰਗੂ ਜੀ, ਮੈਂ ਵਿਦਿਆਰਥੀ ਜਿਹੜੀ ਰਾਜਨੀਤੀ ਦੇ ਵਿੱਚੋਂ ਨਿਕਲ ਕੇ ਆਇਆ, ਬੜੀ ਫਿਰ ਜੇ ਮੈਂ ਦੱਸਣ ਲੱਗ ਜਾਂਗਾ ਬੜੀ ਡਿਟੇਲ 'ਚ ਬਹੁਤ ਜ਼ਿਆਦਾ ਸਮਾਂ ਲੱਗੇਗਾ, ਮੈਂ ਤੁਹਾਨੂੰ ਇੱਕ ਬੜੀ ਵੱਡੀ ਉਦਾਹਰਣ ਦਿੰਦਾ ਕਿ ਜਿਹੜੇ ਅੱਜ ਬੱਚੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਹੈਗੇ ਆ, ਅਤੇ ਇਹ 1980 ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਸਾਡੀ ਅਗਵਾਈ 'ਚ ਜਿਹੜੀ ਐਜੀਟੇਸ਼ਨ ਲੜੀ ਗਈ ਸੀ, ਉਹ ਤੋਂ ਬਾਅਦ ਜਿਹੜੇ ਅਸੀਂ ਬੱਸ ਕਿਰਾਏ ਕੋਲ ਸੀ ਉਦੋਂ ਘੋਲ ਨੂੰ ਲੜ ਕੇ ਅਸੀਂ ਜਿਹੜਾ ਹੈਗਾ ਬੱਚਿਆਂ ਦੇ ਲਈ ਬੱਸਾਂ ਦੇ ਕਿਰਾਏ ਜਿਹੜੇ ਮਾਫ਼ ਕਰਾਏ ਸੀ, ਜਿਹੜੇ ਅੱਜ ਤੱਕ ਉਹ ਬੱਚੇ ਜਿਹੜਾ ਹੈਗਾ ਉਹ ਬੱਸਾਂ ਦੇ ਵਿੱਚ ਫ੍ਰੀ ਜਿਹੜੇ ਦੂਜੇ ਕਾਲਜਾਂ 'ਚ ਕਿਤੇ ਜਿਹੜੇ ਹੈਗੇ ਪੜ੍ਹਨ ਉਹ ਜਾਂਦੇ ਆ। ਉਹ ਤੋਂ ਬਾਅਦ ਅਸੀਂ ਜਿਹੜੀ ਹੈਗੀ ਆ ਆਪਣੀ ਮਤਲਬ ਕਿ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਫਿਰ ਮੈਂ ਐਕਟਿਵ ਪੋਲੀਟਿਕਸ ਦੇ ਵਿੱਚ ਆਇਆ। ਆਈ ਕੰਟੈਸਟਡ ਪਾਰਲੀਮੈਂਟ ਇਲੈਕਸ਼ਨ ਇੰਡੀਪੈਂਡੈਂਟਲੀ 1989, ਮੈਂ ਪ੍ਰੈਜੀਡੈਂਟ ਬਣਿਆ ਡਿਸਟ੍ਰਿਕਟ ਕਾਂਗਰਸ ਕਮੇਟੀ ਪਟਿਆਲਾ ਦਾ। ਉਹ ਤੋਂ ਪਹਿਲਾਂ ਮੈਂ ਐਗਜੀਕਿਊਟਿਵ ਮੈਂਬਰ ਸੀਗਾ ਸਟੇਟ ਦਾ, ਪ੍ਰਦੇਸ਼ ਕਾਂਗਰਸ ਕਮੇਟੀ ਦਾ, ਅਤੇ 20 ਸਾਲ ਮੈਂ ਲਗਾਤਾਰ ਕਾਂਗਰਸ ਦਾ ਪ੍ਰੈਜੀਡੈਂਟ ਰਿਹਾ ਪਟਿਆਲਾ ਦਾ, ਰੂਰਲ ਦਾ, ਅਤੇ ਰਾਜਪੁਰਾ ਵੀ ਉਹਦੇ ਵਿੱਚ ਸੀ। ਤੁਸੀਂ ਮੈਨੂੰ ਕਿਹਾ ਕਿ ਤੁਸੀਂ ਰਾਜਪੁਰੇ ਕਿਵੇਂ ਆਏ, ਰਾਜਪੁਰਾ ਵੀ ਮੈਂ ਬੜਾ ਐਕਟਿਵਲੀ ਜਿਹੜਾ ਸੀ ਕੰਮ ਕੀਤਾ। ਕੁਛ 2002 ਤੋਂ ਜਦੋਂ ਸਰਕਾਰ ਬਣੀ ਮੈਂ ਇੱਥੇ ਬਹੁਤ ਐਜ਼ ਏ ਪ੍ਰੈਜੀਡੈਂਟ ਮੈਂ ਬਹੁਤ ਜ਼ਿਆਦਾ ਡਿਵੈਲਪਮੈਂਟ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰਾ ਜਿਹੜਾ ਸਿਵਲ ਹੋਸਪਿਟਲ ਆ ਰਾਜਪੁਰੇ ਦਾ ਉਹ ਕਾਇਆ ਕਲਪ 'ਚ ਪੰਜਾਬ ਦਾ ਨੰਬਰ 1 ਹੋਸਪਿਟਲ ਜਿਹੜਾ AP ਜੈਨ ਸਾਡਾ ਹੋਸਪਿਟਲ ਆ, ਜਿਹਦੇ ਵਿੱਚ ਅੱਜ ਤੁਸੀਂ ਇਹ ਦੇਖੋ ਇੰਨੀ ਬੁਰੀ ਹਾਲਤ ਫੇਰ ਕਰਤੀ ਨਾ ਲੋਕਾਂ ਨੇ, ਮੈਨੂੰ ਬੜੀ ਤਕਲੀਫ ਹੁੰਦੀ ਹੈ। ਤਾਂ ਮੈਂ ਉਸਨੂੰ ਨੰਬਰ 1 ਬਣਵਾ ਕੇ ਬਣਾਇਆ ਦਿੱਤਾ ਸੀਗਾ ਜਿਹੜੀ ਭਾਰਤ ਸਰਕਾਰ ਦੀ ਟੀਮ ਆਈ ਕਿ ਪੂਰੇ ਪੰਜਾਬ 'ਚ ਸਭ ਤੋਂ ਸੋਹਣਾ ਅਤੇ ਵਧੀਆ ਹੋਸਪਿਟਲ ਜਿਹੜਾ ਇਹ ਹੈਗਾ, ਜਿਹਦੇ ਵਿੱਚ ਹਰ ਤਰ੍ਹਾਂ ਦਾ ਮਤਲਬ ਕਹਿਣ ਦਾ ਵੀ ਇੱਥੇ ਜਿਹੜੇ ਇੰਸਟਰੂਮੈਂਟ ਵਗੈਰਾ ਜਿਹੜੇ ਹੈਗੇ ਆ, ਤਾਂ ਉਹਨਾਂ ਨੇ ਇਹਨੂੰ ਨੰਬਰ 1 ਡਿਕਲੇਅਰ ਕਰਕੇ 10 ਲੱਖ ਰੁਪਏ ਦਾ ਪ੍ਰਾਈਜ਼ ਦਿੱਤਾ ਸੀ ਭਾਰਤ ਸਰਕਾਰ ਨੂੰ। ਪ੍ਰਜਾਲ ਸਿੰਘ ਕੰਬੋਜ ਜਿਹੜੀ ਪੋਲੀਟੀਕਲ ਜਰਨੀ ਰਹੀ ਹੈ, ਅਤੇ ਤੁਸੀਂ ਸਿਆਸਤ ਦੇ ਨਾਲ ਕਿਵੇਂ ਜੁੜੇ, ਰਾਜਪੁਰਾ ਦੇ ਵਿੱਚ ਤੁਸੀਂ ਆ ਕੇ MLA ਬਣਦੇ ਹੋ, ਜੇਕਰ ਤੁਸੀਂ ਦਰਸ਼ਕਾਂ ਦੇ ਨਾਲ ਆਪਣਾ ਸਾਂਝਾ ਕਰਨਾ ਹੋਵੇ, ਸ਼ੇਅਰ ਕਰਨਾ ਹੋਵੇ, ਤਾਂ ਕਿਵੇਂ ਤੁਸੀਂ ਤੁਹਾਡੀ ਜਿਹੜੀ ਜਰਨੀ ਰਹੀ ਹੈ, ਲੰਮਾ ਇੱਕ ਤੁਹਾਡਾ ਸਫ਼ਰ ਰਿਹਾ, ਤੁਸੀਂ ਯਾਦ ਵੀ ਕਰਦੇ ਹੋ, ਕਿਵੇਂ ਯਾਦ ਕਰ? ਸਾਰੇ ਸੜਕਾਂ ਵਾ ਉਹ ਬੜੇ ਬੜੇ ਜਿਹੜੇ ਕੰਮ ਸੀ ਜਿੱਥੇ ਮੈਂ ਛੱਡ ਕੇ ਗਿਆ,
ਇੱਥੇ ਮੈਂ 14 ਕਰੋੜ ਰੁਪਇਆ ਲਾਉਣਾ ਸੀ। 7 ਏਕੜ ਦੇ ਵਿੱਚ ਮੈਂ ਬਹੁਤ ਵੱਡਾ ਖੇਡ ਸਟੇਡੀਅਮ ਬਣਾਇਆ, ਉਹ 'ਚ 2.5-3 ਕਰੋੜ ਰੁਪਇਆ ਹਾਲੇ ਲੱਗਿਆ ਸੀ। ਇਹ ਸੀ ਕਿ ਸਰਕਾਰ ਤੋਂ ਬਾਅਦ ਜੇ ਸਾਨੂੰ ਮੌਕਾ ਮਿਲੇਗਾ, ਪਰ ਚਲੋ ਕੋਈ ਗੱਲ ਨਹੀਂ, ਲੋਕ ਵਿਚਾਰੇ ਭੁੱਲਣਹਾਰ ਨੇ ਜੇ ਕਈ ਵਾਰੀ ਗਲਤੀ ਕਰ ਬੈਠੇ ਆ, ਉਹਨਾਂ ਨੂੰ ਤਾਂ ਨਹੀਂ ਮੈਂ ਕੁਛ ਕਹਿੰਦਾ ਹੈਗਾ, ਕਿਉਂਕਿ ਉਹਨਾਂ ਦੇ ਸਾਹਮਣੇ ਝੂਠ ਹੀ ਬੜਾ ਬੋਲਿਆ ਗਿਆ ਕਿ ਇਹ ਰਾਜਪੁਰਾ ਜਿਹੜਾ ਗੇਟਵੇ ਆਫ ਪੰਜਾਬ ਆ। ਮੈਂ ਮੇਰੇ ਮਨ ਦੇ ਅੰਦਰ ਹੈ ਕਿ ਉਰੇ ਹੋਰ ਵੀ ਬੜੇ ਵੱਡੀ ਇੰਡਸਟਰੀ ਜਿਹੜੀ ਆ, ਇੰਡਸਟਰੀ ਲੈ ਕੇ ਤੁਹਾਡਾ ਕੀ? ਹਾਂ, ਮੇਰਾ ਬਹੁਤ ਵੱਡਾ ਮਤਲਬ ਕਿ ਇਹ ਮੇਰੀ ਸੋਚ ਆ, ਪਹਿਲਾਂ ਵੀ ਮੈਂ ਇਸੀ ਕਰਕੇ ਲਿਆਇਆ। ਤੁਸੀਂ ਜਾਓਗੇ ਰਾਜਪੁਰੇ ਤੋਂ ਲੈਫਟ ਹੈਂਡ ਸਾਈਡ 'ਤੇ, ਮੈਂ ਬਹੁਤ ਜ਼ਿਆਦਾ ਮਤਲਬ ਕਿ ਜਿਹੜੀ ਇਹ ਰੈੱਡ ਜ਼ੋਨ ਅਸੀਂ ਜਿਹੜਾ ਡਿਕਲੇਅਰ ਕਰਾਇਆ ਸੀਗਾ, ਅਤੇ ਉਹਦੇ ਵਿੱਚ ਕਾਫੀ ਵੱਡੀ ਇੰਡਸਟਰੀ ਆ ਰਹੀ ਹੈ। ਤੀਜਾ, ਮੈਂ ਤੁਹਾਨੂੰ ਦੱਸਦਾ ਕਿ ਇਸ ਇਲਾਕੇ ਦੇ ਅੰਦਰ ਜਿੱਥੇ ਕੱਖ ਨਹੀਂ ਸੀ, ਪਹਿਲਾਂ ਮੈਂ ਤੁਹਾਨੂੰ ਦੱਸਾਂ, ਇਹ ਤਾਂ ਗੱਲਾਂ ਹੀ ਮਾਰਦੇ ਆ ਨਾ ਵੀ 70-70 ਸਾਲ 'ਚ ਕੁਛ ਨਹੀਂ ਹੋਇਆ। ਮੈਂ ਕਹਿ ਸਕਦਾ ਕਿ ਹਰਦਿਆਲ ਸਿੰਘ ਨੇ ਉਹ ਕੰਮ ਕੀਤੇ ਸੀ ਜਿਹੜੇ ਕਦੇ 70 ਸਾਲ 'ਚ ਨਹੀਂ ਹੋਏ। ਬਹੁਤ ਮੈਂ ਉਹਨਾਂ ਦੀ ਰਿਸਪੈਕਟ ਕਰਦਾ, ਸਵਰਗ ਵਾਸੀ ਸਰਦਾਰ ਪਸੌਰਾ ਸਿੰਘ ਸਿੱਧੂਪੁਰ ਵਾਲੇ, ਜਿਹਨਾਂ ਦੀ ਏਕਤਾ ਜਥੇਬੰਦੀ ਹੈਗੀ ਆ ਸਿੱਧੂਪੁਰ। ਹਾਂ, ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਅੰਕਲ ਮੈਂ ਇੱਦਾਂ ਦੀ ਕੋਈ ਕਰਨਾ ਚਾਹੁੰਦਾ। ਉਹ ਕਹਿੰਦਾ ਬੱਚੇ, ਇਹ ਤੋਂ ਵੱਡਾ ਕੋਈ ਕਿਸਾਨਾਂ ਦੇ ਲਈ ਭਲਾ ਨਹੀਂ ਹੋ ਸਕਦਾ ਜੇ ਤੂੰ ਇਹ ਕਰ ਪਾਵੇਂ ਤਾਂ। ਮਿਸਿਸ ਗਾਂਧੀ ਨੇ ਇੱਕ ਵਾਰੀ ਮੈਨੂੰ AICC 'ਚ ਬੁਲਾ ਕੇ ਓਨਰ ਕੀਤਾ ਸੀ ਕਿ ਯੂਰ ਡਿਸਟ੍ਰਿਕਟ ਕਾਂਗਰਸ ਕਮੇਟੀ 'ਚ ਨੰਬਰ 1 ਜਿਹੜਾ ਕਾਂਗਰਸ ਦੇ ਜਿਹੜਾ ਸੰਗਠਨ ਦੇ ਤੌਰ 'ਤੇ। ਇਹ ਇੱਕੇ ਹਲਕਾ ਪੰਜਾਬ ਦਾ ਰਾਜਪੁਰਾ ਜਿਸਨੂੰ 3 ਰਾਸ਼ਟਰੀ ਅਵਾਰਡ ਮਿਲੇ ਆ, ਇੱਕੇ ਹੀ ਹਲਕਾ ਪੂਰੇ ਪੰਜਾਬ 'ਚ 117 ਦੇ ਵਿੱਚ। ਉਹ ਤੋਂ ਇੰਡੀਪੈਂਡੈਂਟ ਲੜੇ ਸੀ, ਮੇਰਾ ਜਿਹੜਾ ਪਟਿਆਲੇ ਦੇ ਨਾਲ ਹੀ ਪਿੰਡ ਪੈਂਦਾ ਸੁਲਰ, ਠੀਕ ਹੈ। ਸਾਨੂੰ ਪਤਾ ਸੀ ਕਿ ਅਸੀਂ ਉਦੋਂ ਹਾਰ ਜਾਣਾ। ਮੈਂ ਤਾਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਉਦੋਂ ਕਿਉਂ ਨਹੀਂ ਸੀ ਹੁੰਦੀਆਂ ਇਹ, ਹੁਣ ਕਿਉਂ ਹੁੰਦੀਆਂ ਨੇ? ਮੈਂ ਬਸ ਤੁਹਾਨੂੰ ਇੱਕ ਮੋਟੀ ਜਿਹੀ ਗੱਲ ਦੱਸਦਾ ਵੀ ਜਦੋਂ ਸ਼ਾਸਕ ਕਰਪਟ ਹੋਵੇ ਨਾ, ਪ੍ਰਸ਼ਾਸਕ ਆਟੋਮੈਟਿਕਲੀ ਕਰਪਟ ਹੋ ਜਾਂਦਾ। ਜਦੋਂ ਤੁਸੀਂ ਥਾਣੇਦਾਰਾਂ ਤੋਂ ਪੈਸੇ ਲੈਣੇ ਆ, ਤੁਸੀਂ ਤਹਿਸੀਲਦਾਰਾਂ ਤੋਂ ਪੈਸੇ ਲੈਣੇ, ਤੁਸੀਂ BDO ਤੋਂ ਪੈਸੇ ਲੈਣੇ, ਤੁਸੀਂ EO ਤੋਂ ਪੈਸੇ ਲੈਣੇ ਹੈਗੇ ਆ, ਆਪਾਂ ਕਿਵੇਂ ਸੋਚ ਸਕਦੇ ਹਾਂ ਕਿ ਉਹ ਬਿਨਾਂ ਪੈਸੇ ਤੋਂ ਕੰਮ, ਕੋਈ ਤਨਖਾਹ 'ਚੋਂ ਤਾਂ ਨਹੀਂ ਦਿੰਦਾ ਹੈਗਾ, ਆਪਣੀ ਜੇਬ 'ਚੋਂ ਕੋਈ ਨਹੀਂ ਦਿੰਦਾ। ਦੋਸਤੋ, ਦੇਸ਼ ਦੀ ਲੋਕ ਸਭਾ ਚੋਣ ਦਾ ਬਿਗਲ ਵੱਜ ਚੁੱਕਿਆ। ਲਗਾਤਾਰ ਜਿਹੜੀਆਂ ਸਿਆਸੀ ਪਾਰਟੀਆਂ ਆਪਣੀ ਤਿਆਰੀ ਕਰ ਰਹੀਆਂ ਨੇ, ਅਤੇ ਇਸ ਵਾਰ ਬੜਾ ਕੁਛ ਵੱਖਰਾ। BJP ਦੀ ਸਰਕਾਰ 14 ਦੇ ਵਿੱਚ ਬਣਦੀ ਹੈ, ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਬਣਦੇ ਨੇ 14 ਤੋਂ ਲੈ ਕੇ ਹੁਣ ਆਪਾਂ 24 ਦੇ ਵਿੱਚ ਬੈਠੇ ਹਾਂ, ਅਤੇ 2 ਜਿਹੜੀਆਂ ਟਨਿਓਰ ਨੇ ਉਹ BJP ਦੀਆਂ ਦੇਸ਼ ਦੇ ਵਿੱਚ ਚੱਲ ਰਹੀਆਂ ਨੇ। ਦੂਜੇ ਪਾਸੇ BJP ਦਾਅਵਾ ਵੀ ਕਰ ਰਹੀ ਹੈ ਕਿ ਇਸ ਵਾਰ ਅਸੀਂ 400 ਪਾਰ ਹੋਵਾਂਗੇ। ਇਸ ਵਾਰ ਅਸੀਂ ਜਿਹੜੀ ਲੋਕ ਸਭਾ ਦੇ ਵਿੱਚ ਵੀ ਕਮੈਂਟਰੀ ਹੈ ਵੱਡੀ ਅਥਾਰਟੀ ਦੀ ਹੋਏਗਾ ਕਿ ਇਸ ਵਾਰ ਅਸੀਂ 370 ਪਾਰ ਹੋਵਾਂਗੇ। ਦੂਜੇ ਪਾਸੇ ਇੰਡੀਆ ਅਲਾਇੰਸ ਵੀ ਬਣਿਆ ਹੋਇਆ। ਇੰਡੀਆ ਅਲਾਇੰਸ ਜਿਹੜੀ ਆਈਡੀਓਲੋਜੀ ਹੈ ਉਹ ਹੈਗੀ ਹੈ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਅਤੇ ਇਸ ਵਾਰ ਅਸੀਂ BJP ਨੂੰ ਸੱਤਾ ਤੋਂ ਪਾਸੇ ਕਰਨਾ। ਕਾਂਗਰਸ ਪਾਰਟੀ ਭਾਰਤ ਜੋੜੋ ਯਾਤਰਾ ਕੀਤੀ, ਅਤੇ ਉਸ ਤੋਂ ਬਾਅਦ ਰਾਹੁਲ ਗਾਂਧੀ ਸਾਹਿਬ ਨੇ ਨਿਆਂ ਯਾਤਰਾ ਸ਼ੁਰੂ ਕੀਤੀ। ਕਾਂਗਰਸ ਲੈ ਕੇ ਚੱਲ ਰਹੀ ਹੈ ਕਿ ਮੁਹੱਬਤ ਕੀ ਦੁਕਾਨ, ਅਸੀਂ ਪੂਰੇ ਦੇਸ਼ ਨੂੰ ਇੱਕ ਮਾਲਾ ਦੇ ਵਿੱਚ ਪਰੋਣਾ, ਉਹ ਮਾਲਾ ਜਿਹੜੀ ਇੱਕ ਭਾਈਚਾਰਕ ਸਾਂਝ ਸਿਰਜਦੀ ਹੈ। ਅਤੇ ਇਹਨਾਂ ਹੀ ਚੋਣਾਂ ਦੇ ਮੱਦੇਨਜ਼ਰ ਅਸੀਂ ਤੁਹਾਡੀ ਰਾਜਨੀਤਿਕ ਜਿਹੜੀ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਵਾ ਰਹੇ। ਅੱਜ ਵੀ ਮੇਰੇ ਨਾਲ ਕਾਂਗਰਸ ਪਾਰਟੀ ਦੀ ਇੱਕ ਅਹਿਮ ਸ਼ਖਸੀਅਤ, ਰਾਜਪੁਰਾ ਤੋਂ ਸਾਬਕਾ MLA ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ, ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਸਿਆਸੀ ਗਲਿਆਰਿਆਂ ਦੇ ਵਿੱਚ ਮੋਰਲੀ ਸਫ਼ਾ ਦੇ ਵਿੱਚ ਵਿਚਰਦੇ ਨੇ, ਸਰਦਾਰ ਹਰਦਿਆਲ ਸਿੰਘ ਕੰਬੋਜ ਸਾਹਿਬ ਮੌਜੂਦ ਨੇ। ਕੰਬੋਜ ਸਾਹਿਬ, ਸਵਾਗਤ ਕਰਦੇ ਹਾਂ ਅਸੀਂ ਆਪਣੇ ਚੈਨਲ 'ਤੇ ਤੁਹਾਡਾ। ਬਹੁਤ ਬਹੁਤ ਧੰਨਵਾਦ ਪੰਗੂ ਜੀ।
ਬੜੀ ਖੁਸ਼ੀ ਹੈ ਕਿ ਮੈਂ ਅੱਜ ਤੁਹਾਡੇ ਜਿਹੜਾ ਲੋਕ ਰਨ ਚੈਨਲ ਆ ਉਹਦੇ ਵਿੱਚ ਮੈਂ ਜਨਤਾ ਦੇ ਰੂਬਰੂ ਹੋ ਰਿਹਾ ਅਤੇ ਮੈਨੂੰ ਖੁਸ਼ੀ ਹੋਏਗੀ ਕਿ ਮੈਂ ਆਪਾਂ ਖੁੱਲ੍ਹ ਕੇ ਜਿਹੜੀ ਹੈਗੀ ਆ ਉਹ ਗੱਲ ਕਰੀਏ, ਹਰ ਮਾਮਲੇ ਦੇ ਉੱਤੇ ਆਪਾਂ ਗੱਲ ਕਰ ਸਕਦੇ ਹਾਂ ਅਤੇ ਤਾਂ ਕਿ ਉਹ ਜਨਤਾ ਦੇ ਤੱਕ ਜਿਹੜੀ ਕਲੈਰਿਟੀ ਹੈ ਉਹ ਹੋਵੇ। ਬਿਲਕੁਲ ਹਰਦਿਆਲ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਮੇਰਾ ਹੈ ਕਿ ਸਿਆਸੀ ਗਤੀਵਿਧੀਆਂ ਹੁਣ ਕਿੱਦਾਂ ਚੱਲਦੀਆਂ ਨੇ? ਪ੍ਰੈਜੈਂਟ ਸਿਨੈਰੀਓ ਜਿਹੜਾ ਕੰਟਰੀ ਦਾ ਹੈ, ਕਿਉਂਕਿ ਜਿਹੜੀ BJP ਹੈ ਪਿਛਲੇ 10 ਸਾਲਾਂ ਦੇ ਅੰਦਰ ਸਾਡੀ ਜਿਹੜੀ ਇਕੋਨਮੀ ਹੈਗੀ ਹੈ ਕੰਟਰੀ ਦੀ ਬਹੁਤ ਜ਼ਿਆਦਾ ਡਾਊਨ ਆਈ ਹੈ ਅਤੇ ਸਾਡੀ ਜਿਹੜੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਛਵੀ ਵੀ ਬਹੁਤ ਜ਼ਿਆਦਾ ਖਰਾਬ ਹੋਈ ਹੈ, ਕੋਈ ਅੱਛੀ ਨਹੀਂ ਹੋਈ। ਇਹ ਠੀਕ ਹੈ ਕਿ ਇਹਨਾਂ ਨੇ ਮੀਡੀਆ ਕੈਪਚਰ ਕੀਤਾ ਹੋਇਆ ਜਾਂ ਸੋਸ਼ਲ ਮੀਡੀਆ ਦੇ ਨੂੰ ਸਾਰਾ ਕੁਝ ਜਿਹੜਾ ਕੈਪਚਰ ਕੀਤਾ ਹੋਇਆ। ਸੋ ਅੱਜ ਤੁਸੀਂ ਹੁਣ ਇਹ ਦੇਖ ਲਓ ਕਿ ਜਿਹੜੀਆਂ ਇਹ ਗੱਲਾਂ ਕਰਦੇ ਆ 10 ਸਾਲ ਬੀਤਣ ਤੋਂ ਬਾਅਦ ਵੀ ਕਿ ਅਸੀਂ ਜਿਹੜੀਆਂ 400 ਸੀਟਾਂ ਪਾਰ ਕਰਾਂਗੇ, ਉਧਾਰ ਤੋਂ ਲਿਆ ਕੇ ਬੰਦੇ ਜਾਂ ਤਾਂ ਇਹਨਾਂ ਨੂੰ ਆਪਣੇ ਕੇਡਰ 'ਤੇ ਵਿਸ਼ਵਾਸ ਨਹੀਂ, ਇਸੇ ਕਰਕੇ ਦੂਜੀਆਂ ਪਾਰਟੀਆਂ ਤੋਂ ਲੈ ਕੇ ਆ ਰਹੇ ਹੈਗੇ ਆ। ਤਾਂ ਤੁਸੀਂ ਮੇਰੇ ਆਪਣੀ ਨਾਲ ਦੀ ਸਟੇਟ ਆ, ਹਾਲੇ ਪੰਜਾਬ 'ਚ ਤਾਂ ਚਲੋ ਕੋਈ ਡਿਕਲੇਅਰ ਨਹੀਂ ਹੋਈਆਂ ਸੀਟਸ, ਇਹ ਨਾਲ ਦੀ ਜਿਹੜੀਆਂ ਸਟੇਟ ਆ, ਮੈਂ ਦੇਖ ਰਿਹਾ ਸੀ ਕਿ 10 ਦੇ ਵਿੱਚੋਂ 6 ਬੰਦੇ ਐਸੇ ਆਏ ਆ ਜਿਹੜੇ ਬਾਕੀ ਦੂਜੀਆਂ ਪਾਰਟੀਆਂ ਤੋਂ ਲੈ ਕੇ ਇਹ ਜਿਹੜੇ ਪਾਰਲੀਮੈਂਟ ਦੇ ਵਿੱਚ ਉਤਾਰ ਰਹੇ ਆ। ਤਾਂ ਸੇਮ ਹੀ ਜਿਹੜਾ ਮੈਂ ਪੰਜਾਬ ਦਾ ਜਿਹੜਾ ਮਤਲਬ ਕਿ ਦੇਖਦਾ ਹੈਗਾ ਕਿ ਦੂਜੀਆਂ ਰਾਜਨੀਤਿਕ ਪਾਰਟੀਆਂ ਤੋਂ ਲਿਆ ਕੇ ਜਿਹੜਾ ਹੈ ਉਹ BJP 'ਚ ਸ਼ਾਮਿਲ ਕਰ ਰਹੇ, ਜੇ ਇਹਨਾਂ ਦੇ ਆਪਣੇ ਪੱਲੇ ਕੁਛ ਹੋਵੇ ਮੈਂ ਨਹੀਂ ਸਮਝਦਾ ਕਿ ਮਤਲਬ ਕਿ ਉਹਨਾਂ ਨੂੰ ਬਾਹਰੋਂ ਲਿਆ ਕੇ ਕੋਈ ਜ਼ਰੂਰਤ ਹੋਏਗੀ ਕਿ ਅਸੀਂ ਬਾਹਰੋਂ ਲਿਆ ਕੇ ਆਪਣੇ ਬੰਦੇ ਆ ਜਿਹੜੇ ਉਹ ਪੁੱਟ ਕਰੀਏ। ਜੀ ਬਿਲਕੁਲ, ਦੇਖੋ ਜੀ ਹਰਦਿਆਲ ਜੀ ਕਿ ਪੰਜਾਬ ਦੀ ਸਿਆਸਤ ਬੜੀ ਦਿਲਚਸਪ ਹੈ, ਦੇਸ਼ ਦੀ ਸਿਆਸਤ ਵੀ ਬੜੀ ਦਿਲਚਸਪ ਹੈ, ਆਪਾਂ ਉਹਨਾਂ ਸਾਰੇ ਪਹਿਲੂਆਂ 'ਤੇ ਗੱਲ ਕਰਾਂਗੇ। ਪਰ ਜੇਕਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਹੋਵੇ ਹਰਦਿਆਲ ਸਿੰਘ ਕੰਬੋਜ ਦੀ ਜਿਹੜੀ ਪੋਲੀਟੀਕਲ ਜਰਨੀ ਰਹੀ ਹੈ, ਇਹ ਤੁਸੀਂ ਸਿਆਸਤ ਦੇ ਨਾਲ ਕਿਵੇਂ ਜੁੜੇ, ਰਾਜਪੁਰਾ ਦੇ ਵਿੱਚ ਤੁਸੀਂ ਆ ਕੇ MLA ਬਣਦੇ ਹੋ, ਜੇਕਰ ਤੁਸੀਂ ਦਰਸ਼ਕਾਂ ਦੇ ਨਾਲ ਆਪਣਾ ਸਾਂਝਾ ਕਰਨਾ ਹੋਵੇ, ਸ਼ੇਅਰ ਕਰਨਾ ਹੋਵੇ ਤਾਂ ਕਿਵੇਂ ਤੁਸੀਂ ਤੁਹਾਡੀ ਜਿਹੜੀ ਜਰਨੀ ਰਹੀ ਹੈ, ਲੰਮਾ ਇੱਕ ਤੁਹਾਡਾ ਸਫ਼ਰ ਰਿਹਾ, ਅੱਜ ਤੁਸੀਂ ਯਾਦ ਵੀ ਕਰਦੇ ਹੋ, ਕਿਵੇਂ ਯਾਦ ਕਰਦੇ ਹੋ? ਮੰਗੂ ਜੀ, ਮੈਂ ਵਿਦਿਆਰਥੀ ਜਿਹੜੀ ਰਾਜਨੀਤੀ ਦੇ ਵਿੱਚੋਂ ਨਿਕਲ ਕੇ ਆਇਆ, ਬੜੀ ਫਿਰ ਜੇ ਮੈਂ ਦੱਸਣ ਲੱਗ ਜਾਵਾਂਗਾ ਬੜੀ ਡਿਟੇਲ 'ਚ ਬਹੁਤ ਜ਼ਿਆਦਾ ਸਮਾਂ ਲੱਗੇਗਾ। ਮੈਂ ਤੁਹਾਨੂੰ ਇੱਕ ਬੜੀ ਵੱਡੀ ਉਦਾਹਰਨ ਦਿੰਦਾ ਕਿ ਜਿਹੜੇ ਅੱਜ ਬੱਚੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਹੈਗੇ ਆ, ਅਤੇ ਇਹ 1980 ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਸਾਡੀ ਅਗਵਾਈ 'ਚ ਜਿਹੜੀ ਐਜੀਟੇਸ਼ਨ ਲੜੀ ਗਈ ਸੀ, ਉਹ ਤੋਂ ਬਾਅਦ ਜਿਹੜੇ ਅਸੀਂ ਬੱਸ ਕਿਰਾਇਆ ਘੋਲ ਸੀ ਉਦੋਂ ਘੋਲ ਨੂੰ ਲੜ ਕੇ ਅਸੀਂ ਜਿਹੜਾ ਹੈਗਾ ਬੱਚਿਆਂ ਦੇ ਲਈ ਬੱਸਾਂ ਦੇ ਕਿਰਾਏ ਜਿਹੜੇ ਮਾਫ਼ ਕਰਾਏ ਸੀ, ਜਿਹੜੇ ਅੱਜ ਤੱਕ ਉਹ ਬੱਚੇ ਜਿਹੜਾ ਹੈਗਾ ਉਹ ਬੱਸਾਂ ਦੇ ਵਿੱਚ ਫ੍ਰੀ ਜਿਹੜੇ ਦੂਜੇ ਕਾਲਜਾਂ 'ਚ ਕਿਤੇ ਜਿਹੜੇ ਹੈਗੇ ਆ ਪੜ੍ਹਨ ਉਹ ਜਾਂਦੇ ਆ। ਉਹ ਤੋਂ ਬਾਅਦ ਅਸੀਂ ਜਿਹੜੀ ਹੈਗੀ ਆ ਆਪਣੀ ਮਤਲਬ ਕਿ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਫਿਰ ਮੈਂ ਐਕਟਿਵ ਪੋਲੀਟਿਕਸ ਦੇ ਵਿੱਚ ਆਇਆ। ਆਈ ਕੰਟੈਸਟਡ ਪਾਰਲੀਮੈਂਟ ਇਲੈਕਸ਼ਨ ਇੰਡੀਪੈਂਡੈਂਟਲੀ 1989 1999 ਦੇ ਵਿੱਚ ਮੈਂ ਲੜਿਆ ਸੀ, ਕੁਛ ਦੂਜੀਆਂ ਪਾਰਟੀਆਂ ਨੇ ਵੀ ਮੈਨੂੰ ਸਪੋਰਟ ਕੀਤੀ ਸੀ। ਠੀਕ ਹੈ, ਸਾਨੂੰ ਪਤਾ ਸੀ ਕਿ ਅਸੀਂ ਉਦੋਂ ਹਾਰ ਜਾਣਾ, ਪਰ ਅਸੀਂ ਸਟਾਰਟਿੰਗ ਸੀ ਜਿਹੜੀ ਉਹ ਬੜੇ ਵੱਡੇ ਮਤਲਬ ਕਿ ਸੋਚ ਦੇ ਨਾਲ ਅਸੀਂ ਕੀਤੀ ਸੀ ਕਿ ਅਸੀਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅਸੀਂ ਪਹੁੰਚਣਾ ਹੈ। ਉਹ ਕਿਉਂਕਿ ਮੇਰਾ ਜਿਹੜਾ ਤੁਸੀਂ ਮੈਨੂੰ ਇਹ ਦੱਸਿਆ ਕਿ ਮੇਰਾ ਜਿਹੜਾ ਪਟਿਆਲੇ ਦੇ ਨਾਲ ਹੀ ਪਿੰਡ ਪੈਂਦਾ ਸੂਲਰ, ਅਤੇ ਹੁਣ ਉਹ ਬਿਲਕੁਲ ਸ਼ਹਿਰ ਦੇ ਵਿੱਚ ਅੱਧਾ ਕੁ ਸ਼ਹਿਰ 'ਚ ਆ ਗਿਆ, ਅੱਧਾ ਕੁ ਜਿਹੜਾ ਹੈਗਾ ਹਾਲੇ ਪਿੰਡ ਦੀ ਪੰਚਾਇਤ ਆ। ਅਤੇ ਉਹ ਤੋਂ ਬਾਅਦ ਜਦੋਂ ਦੈਨ ਆਈ ਜੁਆਇੰਟ ਦਾ ਕਾਂਗਰਸ ਪਾਰਟੀ, ਅਤੇ 1999 ਤੋਂ ਬਾਅਦ ਜਦੋਂ ਅਸੀਂ ਹਾਰ ਗਏ ਅਤੇ ਮੈਨੂੰ ਬੜਾ ਅਪਰੋਚ ਕਰਨ ਲੱਗੀਆਂ ਦੂਜੀਆਂ ਪਾਰਟੀਆਂ 'ਚ ਵੀ
ਯੰਗਸਟ ਕੈਂਡੀਡੇਟ ਇਨ ਨਾਰਥਨ ਇੰਡੀਆ, ਸਭ ਤੋਂ ਛੋਟੀ ਉਮਰ ਦਾ ਮੈਂ ਉਮੀਦਵਾਰ ਸੀ। ਸੇ ਗੱਲ ਤਾਂ ਹੌਸਲੇ ਦੀ ਹੈ ਕਿ ਅਸੀਂ ਹੌਸਲਾ ਕੀਤਾ, ਅਸੀਂ ਕੁਛ ਦੋਸਤਾਂ ਨੇ ਬਣਾ ਕੇ ਫੈਸਲਾ ਕੀਤਾ ਕਿ ਆਪਾਂ ਨੂੰ ਚੋਣ ਲੜਨੀ ਚਾਹੀਦੀ ਹੈਗੀ ਹੈ ਪਾਰਲੀਮੈਂਟ ਦੀ। ਦੇ ਡਿਸਾਈਡਡ ਕਿ ਹਰਦਿਆਲ ਸਿੰਘ ਹੀ ਲੜੇ ਅਸੀਂ ਸਾਰਿਆਂ ਨੇ। ਸੋ ਫਿਰ ਮੈਂ ਕਾਂਗਰਸ ਪਾਰਟੀ 'ਚ ਆਇਆ, ਕਾਂਗਰਸ ਨੇ ਮੈਨੂੰ ਬੜਾ ਮਾਣ ਦਿੱਤਾ ਐਵੇਂ ਆਪਾਂ ਕਹੀਏ। ਅਤੇ ਮੈਂ ਜਦੋਂ ਜੁਆਇਨ ਕੀਤਾ ਥੋੜ੍ਹੇ 1998 ਦੇ ਵਿੱਚ ਮੈਂ ਪ੍ਰੈਜੀਡੈਂਟ ਬਣਿਆ ਡਿਸਟ੍ਰਿਕਟ ਕਾਂਗਰਸ ਕਮੇਟੀ ਪਟਿਆਲਾ ਦਾ। ਉਹ ਤੋਂ ਪਹਿਲਾਂ ਮੈਂ ਐਗਜੀਕਿਊਟਿਵ ਮੈਂਬਰ ਸੀਗਾ ਸਟੇਟ ਦਾ, ਪ੍ਰਦੇਸ਼ ਕਾਂਗਰਸ ਕਮੇਟੀ ਦਾ। ਅਤੇ 20 ਸਾਲ ਮੈਂ ਲਗਾਤਾਰ ਕਾਂਗਰਸ ਦਾ ਪ੍ਰੈਜੀਡੈਂਟ ਰਿਹਾ ਪਟਿਆਲੇ ਦਾ, ਰੂਰਲ ਦਾ। ਅਤੇ ਰਾਜਪੁਰਾ ਵੀ ਉਹਦੇ ਵਿੱਚ ਸੀ। ਤੁਸੀਂ ਮੈਨੂੰ ਕਿਹਾ ਕਿ ਤੁਸੀਂ ਰਾਜਪੁਰੇ ਕਿਵੇਂ ਆਏ, ਰਾਜਪੁਰਾ ਵੀ ਮੈਂ ਬੜਾ ਐਕਟਿਵਲੀ ਜਿਹੜਾ ਸੀ ਕੰਮ ਕੀਤਾ। ਕੁਛ 2002 ਤੋਂ ਜਦੋਂ ਸਰਕਾਰ ਬਣੀ, ਮੈਂ ਇੱਥੇ ਬਹੁਤ ਐਜ ਏ ਪ੍ਰੈਜੀਡੈਂਟ ਮੈਂ ਬਹੁਤ ਜ਼ਿਆਦਾ ਡਿਵੈਲਪਮੈਂਟ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਥੋੜ੍ਹਾ ਉਦੋਂ ਪਾਰਟੀ ਦੇ ਵਿੱਚ ਇੰਟਰਨਲ ਕੋਈ ਮਤਲਬ ਪ੍ਰੋਬਲਮ ਸੀ ਜਿਹੜਾ ਲੋਕਲ ਸਾਡਾ MLA ਸੀ ਉਹਦੇ ਨਾਲ। ਅਤੇ ਪਰ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਇਲਾਕੇ ਨੂੰ ਸੰਭਾਲੋ। ਅਤੇ ਉਹ 2007 ਦੇ ਵਿੱਚ ਮੈਨੂੰ ਪਾਰਟੀ ਨੇ ਇੱਥੋਂ ਆਪਣਾ ਉਮੀਦਵਾਰ ਬਣਾਇਆ ਅਤੇ ਮੈਂ ਹਾਰ ਗਿਆ। ਪਰ ਮੈਂ ਦੂਜੇ ਦਿਨ ਤੋਂ ਹੀ ਫਿਰ ਇੱਥੇ ਜਿਹੜੀ ਆਪਣੀ ਐਕਟੀਵਿਟੀਜ਼ ਜਿਹੜੀ ਸੀ ਉਹ ਸ਼ੁਰੂ ਕੀਤੀ। ਅਤੇ ਅਸੀਂ ਤੁਸੀਂ ਇਹ ਦੇਖ ਲਓ ਕਿ ਨੈਕਸਟ ਉਹੀ ਬੰਦੇ ਜੀ ਤੋਂ ਅਸੀਂ 13,000 ਵੋਟ 'ਤੇ ਹਾਰੇ ਸੀ, ਉਹਨਾਂ ਤੋਂ 32,500 ਵੋਟ 'ਤੇ ਅਸੀਂ ਜਿੱਤੇ ਹੋਈਏ ਸੀ। ਅਤੇ ਫਿਰ 2017 'ਚ ਵੀ ਜਿੱਥੇ ਤੱਕ ਪ੍ਰਾਪਤੀਆਂ ਦੀ ਗੱਲ ਹੈਗੀ ਆ, ਮੈਂ ਐਜ ਏ ਪ੍ਰੈਜੀਡੈਂਟ ਜਿਹੜਾ ਕੰਮ ਕੀਤਾ, ਮੈਨੂੰ ਯਾਦ ਆ ਕਿ ਮਿਸਿਸ ਗਾਂਧੀ ਨੇ ਇੱਕ ਵਾਰੀ ਮੈਨੂੰ AICC 'ਚ ਬੁਲਾ ਕੇ ਓਨਰ ਕੀਤਾ ਸੀ ਕਿ ਯੂਰ ਡਿਸਟ੍ਰਿਕਟ ਕਾਂਗਰਸ ਕਮੇਟੀ 'ਚ ਨੰਬਰ 1 ਜਿਹੜਾ ਕਾਂਗਰਸ ਜਿਹੜਾ ਸੰਗਠਨ ਦੇ ਤੌਰ ਦੇ ਉੱਤੇ। ਅਤੇ ਮੈਨੂੰ ਚੇਅਰਮੈਨ ਲਵਾਇਆ ਵੇਅਰਹਾਊਸ ਸਿੰਘ ਕਾਰਪੋਰੇਸ਼ਨ ਦਾ ਜਦੋਂ ਸਰਕਾਰ ਬਣੀ। ਤਾਂ ਉੱਥੇ ਅੱਜ ਵੀ ਤੁਸੀਂ ਜਾ ਕੇ ਪੁੱਛ ਸਕਦੇ ਕਿ ਹਰਦਿਆਲ ਸਿੰਘ ਨੇ ਕਿੰਨੇ ਹਾਰਡ ਡਿਸੀਜਨ ਲਏ। ਮੈਂ 2003 ਦੇ ਵਿੱਚ ਐਡਮਿਨਿਸਟ੍ਰੇਟਿਵ ਮੈਂਬਰ ਬਣਿਆ ਇਲੈਕਟ੍ਰੀਸਿਟੀ ਬੋਰਡ ਦਾ। ਮੈਂ ਬੜਾ ਕੰਮ ਕਰਾਇਆ, ਬਸ ਮੈਂ ਤੋਂ ਦੋ ਕੰਮ ਹੀ ਉਹਨਾਂ ਦੇ ਵਿੱਚ ਦੱਸਾਂਗਾ। ਜਦੋਂ ਮੈਂ ਬਣਿਆ ਮੇਰੇ ਦਿਮਾਗ ਘੁੰਮਦਾ ਸੀ ਕਿਉਂਕਿ ਅਸੀਂ ਸਮਾਲ ਫਾਰਮਰਸ ਦੇ ਅਸੀਂ ਬੱਚੇ ਹੈਗੇ ਆ। ਅਤੇ ਮੈਂ ਕਿਹਾ ਵੀ ਜੇ ਅੱਜ ਵੀ ਜੇ ਅਸੀਂ ਕਿਸਾਨਾਂ ਦਾ ਉਰੇ ਫਾਇਦਾ ਨਾ ਕਰ ਸਕੇ ਤਾਂ ਫਿਰ ਉਰੇ ਸਾਡੇ ਬੈਠਣ ਦਾ ਕੋਈ ਫਾਇਦਾ ਨਹੀਂ ਹੈ। ਅਤੇ ਮੇਰਾ ਦਿਮਾਗ ਜਦੋਂ ਘੁੰਮਦਾ ਸੀ ਕਿ ਉਦੋਂ 5200 ਰੁਪਏ ਪਰ ਹਾਊਸ ਪਾਵਰ ਜਿਹਦੇ ਲੋਡ ਇਨਕਰੀਜ ਕਰਾਉਣ ਦੇ, ਕਿਉਂਕਿ ਪਾਣੀ ਸਾਡਾ ਡੀਪ ਚਲਿਆ ਗਿਆ ਹੈਗਾ। ਜੇ ਕਿਸੇ ਨੇ 5 ਦੀ ਮੋਟਰ ਪਹਿਲਾਂ ਪਾਈ ਹੋਈ ਹੈ, ਜੇ ਉਹਨੇ 20 ਉਹ ਡੀਪ ਜਾਣ ਕਰਕੇ 20 ਦੀ ਮੋਟਰ ਪਾਣੀ ਪੈ ਰਹੀ ਹੈਗੀ ਹੈ ਤਾਂ ਉਹਨੂੰ, ਅਤੇ ਜੇ ਉਹਨੇ ਲੋਡ ਇਨਕਰੀਜ ਕਰਾਉਣਾ ਉੱਪਰਲਾ 20 ਹਾਊਸ ਪਾਵਰ ਦਾ ਤਾਂ ਨੀਅਰ ਅਬਾਊਟ 1,00,000 ਰੁਪਏ ਤੋਂ ਉੱਤੇ ਲੱਗਦਾ। ਫਿਰ ਡਿਲੀਵਰੀ ਵੀ ਪਾਣੀ ਹੈਗੀ ਆ, ਹੋਰ ਵੀ ਜਿਹੜੇ ਖਰਚੇ ਸੀਗੇ ਉਹ ਸਾਰੇ ਜਿਹੜੇ ਕਰਕੇ 2-2.5 ਲੱਖ ਰੁਪਇਆ ਇੱਕ ਕਿਸਾਨ ਦਾ ਲੱਗਦਾ ਸੀ। ਅਤੇ ਮੈਂ ਉਹ 'ਚ ਬੋਰਡ ਦੇ ਵਿੱਚ ਲੈ ਕੇ ਆਇਆ। ਮੇਰੇ ਅੱਜ ਵੀ ਯਾਦ ਆ ਕਿ ਜਦੋਂ ਮੈਂ ਲੈ ਕੇ ਆਇਆ ਸੀ ਅਤੇ ਮੈਂ ਫਾਰਮਰ ਯੂਨੀਅਨ ਮੇਰੇ ਬਹੁਤ ਮੈਂ ਉਹਨਾਂ ਦੀ ਰਿਸਪੈਕਟ ਕਰਦਾ, ਸਵਰਗਵਾਸੀ ਸਰਦਾਰ ਪਸੌਰਾ ਸਿੰਘ ਸਿੱਧੂਪੁਰ ਵਾਲੇ ਜਿਨ੍ਹਾਂ ਦੀ ਏਕਤਾ ਜਥੇਬੰਦੀ ਹੈਗੀ ਆ ਸਿੱਧੂਪੁਰ, ਹਾਂ, ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਅੰਕਲ ਮੈਂ ਇੱਦਾਂ ਦੇ ਕੋਈ ਕਰਨਾ ਚਾਹੁੰਦਾ। ਉਹ ਕਹਿੰਦਾ ਬੱਚੇ ਇਹ ਤੋਂ ਵੱਡਾ ਕੋਈ ਕਿਸਾਨਾਂ ਦੇ ਲਈ ਭਲਾ ਨਹੀਂ ਹੋ ਸਕਦਾ ਜੇ ਤੂੰ ਇਹ ਕਰ ਪਾਵੇਂ ਤਾਂ। ਅਤੇ ਮੈਂ ਕਿਹਾ ਜੀ ਕਿੰਨਾ ਕੁ ਮੈਨੂੰ ਦੱਸਿਆ ਜਾਵੇ? ਉਹ ਕਹਿੰਦੇ ਕੋਸ਼ਿਸ਼ ਕਰ ਜੇ 1,000-1,500 ਰੁਪਇਆ ਘਟਾਇਆ ਜਾਵੇ। ਮੈਂ ਆਪਣੇ ਮਨ ਦੇ ਵਿੱਚ ਹੱਸ ਰਿਹਾ ਸੀ ਜਿੱਦਣ ਉਹ ਮੈਨੂੰ ਕਹਿ ਕੇ ਗਏ। ਪਰ ਤੁਸੀਂ, ਮੈਂ ਤੁਹਾਨੂੰ ਇੱਕ ਦੱਸਦਾ ਕਿ ਮੇਰੇ ਦਰਸ਼ਕਾਂ ਨੂੰ ਕਿ ਉਹ ਮੈਂ 5200 ਤੋਂ ਘਟਾ ਕੇ 1200 ਰੁਪਏ ਕਰਾਇਆ ਸੀ। ਅਰ ਪੂਰੇ ਮੈਨੂੰ ਬਾਅਦ ਦੇ ਵਿੱਚ ਉਹਨਾਂ ਨੇ ਬੁਲਾ ਕੇ ਆਪਣਾ ਕਿਸਾਨ ਯੂਨੀਅਨ ਵੱਲੋਂ ਵੀ ਓਨਰ ਕੀਤਾ ਅਤੇ ਪੂਰੇ ਪੰਜਾਬ 'ਚ ਇੱਕ ਤਹਿਲਕਾ ਮੱਚ ਗਿਆ ਸੀਗਾ ਕਿ
₹4,000 ਪਰ ਹੋਸਪਾਵਰ ਜਿਹੜੇ ਘਟਾ ਦੇ। ਅਤੇ ਫਿਰ ਮੈਨੂੰ ਟਾਸਕ ਦਿੱਤਾ ਗਿਆ ਪੂਰੇ ਪੰਜਾਬ ਦਾ UPS ਦਾ ਜਿਹੜਾ ਅਰਬਨ ਪੈਟਰਨ ਸਪਲਾਈ ਹੈ, 24 ਘੰਟੇ ਬਿਜਲੀ ਉਹਦਾ ਅਰਬਨ ਪੈਟਰਨ ਸਪਲਾਈ। ਮੈਂ ਪੂਰਾ ਪੰਜਾਬ ਜਿਹੜਾ ਸੀ ਉਹ UPS ਦੇ ਵਿੱਚ ਕਰਾਇਆ ਔਰ ਪਿੰਡਾਂ ਦੇ ਪਿੰਡ। ਫਿਰ ਮੇਰੇ ਕੋਲ ਲੋਕ ਆਉਣ ਲੱਗ ਗਏ ਬਾਹਰੋਂ ਵੀ, ਅਸੀਂ ਡੇਰਿਆਂ 'ਤੇ ਰਹਿੰਦੇ ਹਾਂ ਜੀ, ਸਾਡਾ ਜੇ ਅੱਜ ਪਿੰਡ ਦੇ ਵਿੱਚ ਦੇਖੋ ਬੱਤੀ ਜਗਦੀ ਹੈ, ਸਾਡੇ ਬੱਚੇ ਕਿਵੇਂ ਪੜ੍ਹਨਗੇ, ਫਿਰ ਵੀ ਇਹਦਾ ਵੀ ਕੋਈ ਜ਼ਰੂਰ ਹੱਲ ਕੱਢੋ। ਫਿਰ ਉਹ ਇੱਕ ਅਸੀਂ ਕਲੱਸਟਰ ਬਣਾਇਆ ਸੀ ਕਿ 20 ਘਰਾਂ ਤੋਂ ਉੱਤੇ ਜਿਹੜਾ ਜਿੱਥੇ ਵੱਧ ਹੋਣਗੇ ਡੇਰੇ ਢਾਣੀਆਂ ਦੇ ਵਿੱਚ ਲੋਕ ਰਹਿੰਦੇ, ਉਹਨਾਂ ਨੂੰ ਫ੍ਰੀ ਆਫ ਕੋਸਟ ਅਸੀਂ ਦੇਵਾਂਗੇ। ਇਹ ਤਾਂ ਫਿਰ ਕਈ ਥਾਂ 20 ਬਣਦੇ ਨਹੀਂ ਸੀ, ਕਿਲੋਮੀਟਰ ਪੈਂਦਾ ਸੀ ਜੇ ਪਿੰਡ ਦੋ ਆ ਹੋਰ ਆ ਫਿਰਨੀ ਤੋਂ ਅਸੀਂ ਚੱਕਦੇ ਹੁੰਦੇ ਸੀ। ਤਾਂ ਫਿਰ ਮੈਂ ਜਾ ਕੇ ਚੀਫ ਮਿਨਿਸਟਰ ਨਾਲ ਗੱਲ ਕੀਤੀ ਕਿ ਅੱਜ ਆਪਾਂ ਨੂੰ ਸਾਰਿਆਂ ਦੇ ਘਰ ਦੇ ਵਿੱਚ ਦੀਵਾ ਜਗਾਉਣਾ ਚਾਹੀਦਾ। ਤਾਂ ਉਹ ਕਹਿੰਦੇ ਵੀ ਇਹਦਾ ਤੁਸੀਂ ਕਲੈਕਟ ਕਰੋ। ਜਦੋਂ ਮੈਂ ਦੇਖਿਆ ਕਿ ਉਹਦਾ 300 ਕਰੋੜ ਰੁਪਇਆ ਬਣਦਾ ਸੀ, ਤਾਂ ਫਿਰ ਉਹ ਦੇਣ ਨੂੰ ਤਿਆਰ ਨਹੀਂ ਸੀਗੇ। ਅਤੇ ਫਿਰ ਮੈਂ ਬੜੀ ਕੋਸ਼ਿਸ਼ ਕਰਕੇ ਉਹ ਡੇਰੇ ਢਾਣੀਆਂ ਨੂੰ ਵੀ ਮੈਂ ਬਦਲ ਕੇ ਕਰਾਇਆ। ਅੱਜ ਤੁਸੀਂ ਦੇਖੋ ਪੰਜਾਬ ਦਾ ਕੋਈ ਐਸਾ ਘਰ ਨਹੀਂ ਹੋਏਗਾ ਜਿਹਦੇ ਵਿੱਚ ਦੀਵਾ ਨਾ ਜਗਦਾ ਹੋਵੇ। ਮੈਂ ਇਹ ਉਦੋਂ ਦਾ ਕੰਮ ਸੀ। ਫਿਰ ਅੱਗੇ ਮੈਂ ਤੁਹਾਨੂੰ ਕਿਹਾ 2012 'ਚ MLA ਬਣਿਆ, ਸਰਕਾਰ ਨਹੀਂ ਬਣੀ। 2017 'ਚ ਇੱਥੇ ਮੈਂ MLA ਬਣਿਆ ਰਾਜਪੁਰੇ ਦੇ ਅੰਦਰ। ਤਾਂ 2017 ਤੋਂ 22 ਤੱਕ ਮੈਂ ਹੋਰ ਮੈਂ ਤੁਹਾਨੂੰ ਕੁਛ ਨਹੀਂ ਦੱਸ ਸਕਦਾ, ਜੇ ਇੱਕ ਇੱਕ ਪਿੰਡ ਦੀ ਗਲੀ ਸ਼ਹਿਰ ਦੀਆਂ ਹੋਰ ਵੱਡੇ ਵੱਡੇ ਪਾਰਕ। ਇਹ ਇੱਕੇ ਹਲਕਾ ਪੰਜਾਬ ਦਾ ਰਾਜਪੁਰਾ ਜਿਸ ਨੂੰ 3 ਰਾਸ਼ਟਰੀ ਅਵਾਰਡ ਮਿਲੇ ਆ, ਇੱਕੇ ਹੀ ਹਲਕਾ ਪੂਰੇ ਪੰਜਾਬ 'ਚ 117 ਦੇ ਵਿੱਚੋਂ। ਮੇਰਾ ਜਿਹੜਾ ਸਿਵਲ ਹੋਸਪਿਟਲ ਆ ਰਾਜਪੁਰੇ ਦਾ, ਉਹ ਕਾਇਆ ਕਲਪ 'ਚ ਪੰਜਾਬ ਦਾ ਨੰਬਰ 1 ਹੋਸਪਿਟਲ, ਜਿਹੜਾ APJN ਸਾਡਾ ਹੋਸਪਿਟਲ ਆ, ਜਿਹਦੇ ਵਿੱਚ ਅੱਜ ਤੁਸੀਂ ਇਹ ਦੇਖੋ ਇੰਨੀ ਬੁਰੀ ਹਾਲਤ ਫੇਰ ਕਰਤੀ ਇਹਨਾਂ ਲੋਕਾਂ ਨੇ, ਮੈਨੂੰ ਬੜੀ ਤਕਲੀਫ ਹੁੰਦੀ ਹੈ। ਤਾਂ ਮੈਂ ਉਸਨੂੰ ਨੰਬਰ 1 ਬਣਵਾ ਕੇ ਬਣਾਇਆ ਦਿੱਤਾ ਸੀਗਾ, ਜਿਹੜੀ ਭਾਰਤ ਸਰਕਾਰ ਦੀ ਟੀਮ ਆਈ ਕਿ ਪੂਰੇ ਪੰਜਾਬ 'ਚ ਸਭ ਤੋਂ ਸੋਹਣਾ ਅਤੇ ਵਧੀਆ ਹੋਸਪਿਟਲ ਜਿਹੜਾ ਇਹ ਹੈਗਾ, ਜਿਹਦੇ ਵਿੱਚ ਹਰ ਤਰ੍ਹਾਂ ਦਾ ਮਤਲਬ ਕਹਿਣ ਦਾ ਵੀ ਇੱਥੇ ਜਿਹੜੇ ਇੰਸਟਰੂਮੈਂਟ ਵਗੈਰਾ ਜਿਹੜੇ ਹੈਗੇ ਆ। ਤਾਂ ਉਹਨਾਂ ਨੇ ਇਹਨੂੰ ਨੰਬਰ 1 ਡਿਕਲੇਅਰ ਕਰਕੇ 10 ਲੱਖ ਰੁਪਏ ਦਾ ਪ੍ਰਾਈਜ਼ ਦਿੱਤਾ ਸੀ ਭਾਰਤ ਸਰਕਾਰ ਨੇ। ਫਿਰ ਅੱਗੇ ਆ ਜੇ ਤੁਸੀਂ, ਜਿਹੜਾ ਮੇਰਾ ਰਾਜਪੁਰਾ ਸਿਟੀ ਆ, ਇਸ ਨੂੰ ਅਸੀਂ ਇੰਨਾ ਸੁੰਦਰ ਬਣਾਇਆ, ਚਿਲਡਰਨ ਪਾਰਕ, ਫੁਆਰਾ ਚੌਂਕ, ਲਾਈਟਿੰਗ, ਵੱਡੇ ਵੱਡੇ ਪਾਰਕ, ਹੋਰ ਪਾਰਕਾਂ 'ਚ ਮਿਊਜ਼ੀਅਮ ਸਿਸਟਮ, ਉਹ ਵੀ ਜਿਹੜਾ ਸੀਗਾ ਇੱਥੇ ਇਹਨਾਂ ਨੇ ਭਾਰਤ ਸਰਕਾਰ ਨੇ ਜਿਹੜਾ ਸਵੱਛ ਭਾਰਤ ਅਭਿਆਨ ਦੇ ਰਾਹੀਂ ਇਹਨੂੰ ਟੋਟਲ ਜਦੋਂ ਸਰਵੇ ਕਰਾਇਆ ਤਾਂ We are number 1 ਇਨ ਦਾ ਨੌਰਦਰਨ ਇੰਡੀਆ। ਪੂਰੇ ਮਤਲਬ ਨੌਰਦਰਨ ਇੰਡੀਆ 'ਚ ਰਾਜਪੁਰਾ ਸਭ ਤੋਂ ਸੋਹਣਾ ਅਤੇ ਸਾਫ਼ ਸ਼ਹਿਰ ਡਿਕਲੇਅਰ ਕੀਤਾ ਗਿਆ। ਅਤੇ ਮਾਣਯੋਗ ਭਾਰਤ ਦੇ ਰਾਸ਼ਟਰਪਤੀ ਸਾਹਿਬ ਨੇ ਸਾਨੂੰ ਬਹੁਤ ਵੱਡਾ ਅਵਾਰਡ ਦਿੱਤਾ, ਜਿਹੜਾ ਮੇਰਾ ਮਿਊਂਸੀਪਲ ਕਮੇਟੀ ਦਾ ਪ੍ਰੈਜੀਡੈਂਟ ਦੇ ਨਾਲ EO ਅਤੇ ਦੂਜੇ ਮੇਰੇ ਕੌਂਸਲਰ ਵਗੈਰਾ ਉਹ ਪ੍ਰਾਪਤ ਕਰਕੇ ਲੈ ਕੇ ਆਏ। ਤੀਜਾ ਮੈਂ ਤੁਹਾਨੂੰ ਦੱਸਦਾ ਕਿ ਇਸ ਇਲਾਕੇ ਦੇ ਅੰਦਰ ਜਿੱਥੇ ਕੱਖ ਨਹੀਂ ਸੀ ਪਹਿਲਾਂ, ਮੈਂ ਤੁਹਾਨੂੰ ਦੱਸਾਂ, ਇਹ ਤਾਂ ਗੱਲਾਂ ਹੀ ਮਾਰਦੇ ਆ ਨਾ ਵੀ 70-70 ਸਾਲ 'ਚ ਕੁਛ ਨਹੀਂ ਹੋਇਆ। ਮੈਂ ਕਹਿ ਸਕਦਾ ਕਿ ਹਰਦਿਆਲ ਸਿੰਘ ਨੇ ਉਹ ਕੰਮ ਕੀਤੇ ਸੀ ਜਿਹੜੇ ਕਦੇ 70 ਸਾਲ 'ਚ ਨਹੀਂ ਸੀ ਹੋਏ। ਅਤੇ ਮੈਂ 8 ਪੁਲ ਬਣਾਏ, ਹਰ ਪਿੰਡ ਨੂੰ ਵੱਡੀ ਸੜਕ ਦੇ ਨਾਲ ਜੋੜਿਆ। ਅਤੇ ਤੁਸੀਂ ਇਹ ਦੇਖੋ ਇੱਕ ਵੱਡੀ ਨਹਿਰ 200 ਕਰੋੜ ਰੁਪਇਆ ਲਾ ਕੇ ਮੈਂ ਕਢਾ ਕੇ ਦਿੱਤੀ, ਘੱਗਰ ਦੇ ਉੱਤੇ ਬੰਨ ਲਾ ਕੇ 200 ਕਰੋੜ ਰੁਪਇਆ ਸਾਰੇ ਪਿੰਡਾਂ ਨੂੰ ਪਾਣੀ ਪਹੁੰਚਾਇਆ। ਪੀਣ ਵਾਲੇ ਪਾਣੀ ਦਾ ਮੈਂ ਪ੍ਰੋਜੈਕਟ ਲੈ ਕੇ ਗਿਆ 171 ਕਰੋੜ ਰੁਪਏ ਦਾ, ਜਿਹੜਾ ਇੱਥੇ ਪਵਰੇ ਤੋਂ ਪਾਣੀ ਚੱਕ ਕੇ ਸਾਰੇ ਪਿੰਡਾਂ ਨੂੰ BML ਦਾ ਜਿਹੜਾ ਪਾਣੀ ਆ ਦੇਣਾ। ਬਿਲਕੁਲ। ਅਤੇ ਇਹ ਤੋਂ ਇਲਾਵਾ ਵੱਡੇ ਵੱਡੇ ਭਵਨ, 10 ਸਟੇਡੀਅਮ, ਬਨੂੜ ਦਾ ਬਹੁਤ ਵੱਡਾ ਸਟੇਡੀਅਮ, ਇੱਥੇ ਜਿਹੜਾ ਆਪਣਾ ਜਿਹੜੇ ਮਤਲਬ ਕਿ ਇਹ ਤੁਹਾਡਾ ਕਮਿਊਨਿਟੀ ਸੈਂਟਰ ਜਿਹੜੇ ਬਣਾ ਕੇ ਦਿੱਤੇ, ਜੰਝ ਘਰ ਬਣਾ ਕੇ ਦਿੱਤੇ ਵੀ ਜਿੱਥੇ ਗਰੀਬਾਂ ਦੇ ਬੱਚੇ ਆਪਣੀ ਬੱਚੀਆਂ ਦੀਆਂ ਸਾਦੀਆਂ ਕਰ ਲੈਣ, ਜਾਂ ਜਿਹੜੇ ਅੰਬੇਦਕਰ ਡਾਕਟਰ ਅੰਬੇਦਕਰ ਸਾਹਿਬ ਦੀ ਯਾਦ 'ਚ ਵੱਡੇ ਵੱਡੇ ਭਵਨ ਬਣਾ ਕੇ ਦਿੱਤੇ। ਤਾਂ ਉਹ ਵੀ ਜਦੋਂ ਸਰਵੇ ਹੋਏ ਤਾਂ ਮੇਰੀ ਜਿਹੜੀ
ਪੰਚਾਇਤ ਸਮਿਤੀ ਸੀ, ਮਤਲਬ ਜਿਹੜਾ ਰੂਰਲ ਡਿਪਾਰਟਮੈਂਟ ਹੈਗਾ ਗੌਰਮੈਂਟ ਆਫ ਇੰਡੀਆ ਦਾ, ਉਹਨਾਂ ਨੇ ਰਾਜਪੁਰੇ ਦੀ ਜਿਹੜੀ ਹੈਗੀ ਆ ਪੰਚਾਇਤ ਸਮਿਤੀ ਨੂੰ, ਬਲਾਕ ਸਮਿਤੀ ਨੂੰ ਨੰਬਰ ਇੱਕ ਡਿਕਲੇਅਰ ਕੀਤਾ, ਔਰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ 25 ਲੱਖ ਰੁਪਏ ਦਾ ਇਨਾਮ ਦਿੱਤਾ। ਇਹ ਜਿਹੜੇ ਕੰਮ ਨੇ, ਜਿਵੇਂ ਛੋਟੇ ਛੋਟੇ ਕਿਹੜੇ ਸਾਲ ਦੀ ਗੱਲ ਹੈ, ਇਹ 2020 ਦੀ ਗੱਲ ਹੈਗੀ ਆ, ਹਾਂ 2019 ਦੀ ਗੱਲ ਹੈ। ਤੁਸੀਂ ਇਹ ਦੇਖੋ ਕਿ ਜੇ ਇਹ ਮੈਨੂੰ ਮੇਰੀ ਕਾਰਜਕਾਰੀ ਆ, ਬਾਕੀ ਤੁਸੀਂ ਇੱਥੇ ਇਲਾਕੇ ਤੋਂ ਪੁੱਛ ਕੇ ਦੇਖ ਲਓ ਵੀ ਕਿੰਨੇ ਕੁ ਅਸੀਂ ਕੰਮ ਕਰਾਏ ਆ, ਕਿੰਨੇ ਕੁ ਨਹੀਂ ਕਰਾਏ। ਪਰ ਮੈਨੂੰ ਬੜੀ ਤਕਲੀਫ ਆ ਪੰਗੂ ਜੀ, ਜਦੋਂ ਹੁਣ ਮੈਂ ਕਿਤੇ ਨਿਕਲਦਾ ਕਿਤੇ ਸ਼ਹਿਰ ਦੇ ਵਿੱਚ ਨੂੰ, ਸਾਰੇ ਸੜਕਾਂ ਦਾ ਉਹ ਬੜੇ ਬੜੇ ਜਿਹੜੇ ਕੰਮ ਸੀ ਜਿੱਥੇ ਮੈਂ ਛੱਡ ਕੇ ਗਿਆ, ਇੱਥੇ ਮੈਂ 14 ਕਰੋੜ ਰੁਪਇਆ ਲਾਉਣਾ ਸੀ, 7 ਏਕੜ ਦੇ ਵਿੱਚ ਮੈਂ ਬਹੁਤ ਵੱਡਾ ਖੇਡ ਸਟੇਡੀਅਮ ਬਣਾਇਆ, ਉਹ 'ਚ 2.5-3 ਕਰੋੜ ਰੁਪਇਆ ਹਾਲੇ ਲੱਗਿਆ ਸੀ। ਇਹ ਸੀ ਕਿ ਸਰਕਾਰ ਤੋਂ ਬਾਅਦ ਫਿਰ ਸਾਨੂੰ ਮੌਕਾ ਮਿਲੇਗਾ, ਪਰ ਚਲੋ ਕੋਈ ਗੱਲ ਨਹੀਂ, ਲੋਕ ਵਿਚਾਰੇ ਭੁੱਲਣਹਾਰ ਨੇ, ਜੇ ਕਈ ਵਾਰੀ ਗਲਤੀ ਕਰ ਬੈਠੇ ਆ, ਉਹਨਾਂ ਨੂੰ ਤਾਂ ਨਹੀਂ ਮੈਂ ਕੁਛ ਕਹਿੰਦਾ ਹੈਗਾ, ਕਿਉਂਕਿ ਉਹਨਾਂ ਦੇ ਸਾਹਮਣੇ ਝੂਠ ਹੀ ਬੜਾ ਬੋਲਿਆ ਗਿਆ, ਉਹਨਾਂ ਨੂੰ ਸਬਜ਼ ਬਾਗ ਹੀ ਬੜੇ ਦਿਖਾਏ ਗਏ, ਸਾਡੀਆਂ ਭੈਣਾਂ ਨੂੰ 1000 ਰੁਪਏ ਦੇ ਨਾਂ ਦੇ ਉੱਤੇ ਲੁੱਟਿਆ, ਸਾਡੇ ਬੱਚਿਆਂ ਨੂੰ ਬੜਾ ਗਮਰਾਹ ਕੀਤਾ। ਆਵਾਂਗੇ ਮਿਲ ਸਾਹਿਬ, ਉਹਦੇ 'ਤੇ ਤੁਹਾਡਾ ਰਾਜਪੁਰਾ ਵਾਸੀਆਂ ਦੇ ਨਾਲ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਬਹੁਤ ਗੁੱਡ ਐਕਸਪੀਰੀਅੰਸ ਆ, ਬੜੇ ਅੱਛੇ ਲੋਕ ਨੇ ਔਰ ਬੜੇ ਮਿਹਨਤੀ ਲੋਕ ਨੇ। ਜੇ ਮੈਂ ਤੁਹਾਨੂੰ ਕਹਾਂ, ਸ਼ਹਿਰਾਂ ਦੇ ਅੰਦਰ ਵੀ ਛੋਟਾ ਵਪਾਰੀ ਹੈ ਸਾਡੇ ਉਰੇ, ਕੋਈ ਬਹੁਤ ਵੱਡੇ ਨਹੀਂ ਹੈਗੇ, ਛੋਟਾ ਵਪਾਰੀ ਹੈ ਸਾਡੇ, ਜਿਹੜੇ ਵਿਚਾਰੇ ਸਵੇਰੇ ਦੁਕਾਨਦਾਰ ਅਤੇ ਦੁਕਾਨ 'ਤੇ ਬੈਠਦੇ ਅਤੇ ਸ਼ਾਮ ਨੂੰ ਆਪਣੀ ਕਿਰਤ ਕਮਾਈ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ। ਇੱਦਾਂ ਹੀ ਜਿਹੜੀ ਪਿੰਡਾਂ ਦੇ ਵਿੱਚ ਆ ਸਾਡੇ ਇਸ ਏਰੀਏ ਦੇ ਵਿੱਚ, ਮੇਰੇ ਏਰੀਏ ਵਿੱਚ ਲੈਂਡਡ ਪ੍ਰੋਪਰਟੀ ਬਹੁਤ ਘੱਟ ਹੈਗੀ ਆ, ਐਗਰੀਕਲਚਰ ਲੈਂਡ, ਪਰ ਇੱਥੇ ਦਾ ਜਿਹੜਾ ਭਾਈਚਾਰਾ, ਕਿਸਾਨ ਭਾਈਚਾਰਾ, ਉਹ ਵੀ ਖੁਸ਼ਹਾਲ ਆ। ਕਿਉਂ? ਕਿਉਂਕਿ ਉਹ ਸਬਜ਼ੀ ਦਾ ਕੰਮ ਬਹੁਤ ਜ਼ਿਆਦਾ ਕਰਦੇ ਆ ਅਤੇ ਉਹ ਸਬਜ਼ੀ ਭਾਜੀ ਵੀ ਅਗੇਤੀ ਬੀਜ ਕੇ ਬਾਹਰ ਸਪਲਾਈ ਕਰਦੇ ਆ, ਤਾਂ ਉਹਦੇ ਨਾਲ ਉਹ ਉਹਨਾਂ ਦਾ ਖੁਸ਼ਹਾਲੀ ਦਾ ਇਹ ਕਾਰਨ ਬਣਿਆ ਹੋਇਆ। ਮਿਹਨਤੀ ਨੇ, ਬਹੁਤ ਜ਼ਿਆਦਾ ਮਿਹਨਤੀ ਨੇ, ਐਸੀ ਗੱਲ ਨਹੀਂ। ਬਾਕੀ ਇੰਡਸਟਰੀ ਪਹਿਲਾਂ ਬਹੁਤ ਸੀ, ਸ਼ਿਫਟ ਕਰ ਗਈ, ਕੁਛ ਤਾਂ ਟੈਰਿਜ਼ਮ ਦੇ ਟਾਈਮ ਕਰਦੀ, ਕੁਛ ਮਤਲਬ ਕਿ ਕੁਛ ਸਰਕਾਰਾਂ ਦੇ ਕਰਕੇ ਜਿਹੜੀ ਹੈਗੀ ਉਹ ਕਰਕੇ, ਪਰ ਪਿਛਲੇ ਸਮੇਂ ਦੌਰਾਨ ਮੈਂ ਬੜੇ ਵੱਡੇ ਪ੍ਰੋਜੈਕਟ ਲੈ ਕੇ ਆਇਆ, ਅਤੇ ਉਹਦੇ ਲਈ ਤੁਸੀਂ ਮੈਨੂੰ ਪੁੱਛ ਸਕਦੇ ਹੈਗੇ ਵੀ ਕੀ ਕੋਈ ਕੀਤਾ ਉਹ ਇੰਡਸਟਰੀ। ਮੇਰਾ ਆਹੀ ਸੀ ਅਗਲਾ ਸਵਾਲ ਕਿ ਦੇਖੋ, ਕੰਮ ਤੁਸੀਂ ਗਿਣਾਏ ਕਿ ਅਸੀਂ ਆਹ ਕੰਮ ਕੀਤੇ, ਕਈ ਕੰਮ ਹੁੰਦੇ ਆ ਕਿ ਬੰਦੇ ਦੇ ਦਿਲ ਦੇ ਨੇੜੇ ਹੁੰਦੇ ਨੇ ਕਿ ਆਹ ਮੈਂ ਕੀਤਾ ਤਾਂ ਹੁਣ ਮੈਂ ਸੰਤੁਸ਼ਟ ਹਾਂ। ਲੋਕਾਂ ਨਾਲ ਗੱਲ ਕੀਤੀ ਸੀ, ਜੇਕਰ ਤੁਸੀਂ ਰਾਜਪੁਰਾ ਵਾਸੀਆਂ ਨੂੰ ਕੰਮ ਗਿਣਾਉਣੇ ਹੋਣ ਕਿ ਆਹ ਕੰਮ ਮੈਂ ਕੀਤੇ, ਆਹ ਮੈਂ ਪ੍ਰੋਜੈਕਟ ਲੈ ਕੇ ਆਇਆ, ਆਹ ਚੀਜ਼ਾਂ ਮੇਰੇ ਦਿਲ ਦੇ ਨੇੜੇ ਨੇ, ਇਹ ਚੀਜ਼ਾਂ ਮੇਰੀ ਕਰਨ ਦੀ ਤਮੰਨਾ ਸੀ, ਮੈਂ ਇਹ ਕਰ ਪਾਇਆ, ਜਾਂ ਕੁਛ ਮੈਂ ਸੋਚਦਾ ਸੀ ਕਿ ਆਉਣ ਵਾਲੇ ਸਮੇਂ, ਕਿਉਂਕਿ ਦੇਖੋ ਮੁਸ਼ਕਲਾਂ ਸਮੱਸਿਆਵਾਂ ਕਦੇ ਖਤਮ ਨਹੀਂ ਹੁੰਦੀਆਂ, ਸਮੇਂ ਦੇ ਨਾਲ ਇਹ ਚੱਲਦੀਆਂ ਰਹਿੰਦੀਆਂ ਨੇ। ਤੁਸੀਂ ਸੋਚਿਆ ਹੋਊਗਾ ਕਿ ਅਗਲੀ ਵਾਰ ਜੇ MLA ਬਣਦੇ ਆਪਾਂ ਇਹ ਕੰਮ ਕਰਾਂਗੇ, ਉਹ ਚੀਜ਼ਾਂ ਕਿਹੜੀਆਂ ਨੇ? ਦੇਖੋ ਵੈਸੇ ਤਾਂ ਬਹੁਤ ਜ਼ਿਆਦਾ ਕੀਤਾ ਇਸ ਏਰੀਏ 'ਚ, ਜਿਹੜਾ ਇਹ ਕੁਆਰਕ ਦਾ ਪ੍ਰੋਜੈਕਟ ਹੈਗਾ, ਜਿਹੜਾ ਇਹ ਕੁਆਰਕ ਦਾ, ਇਸ ਅਸੀਂ ਬਹੁਤ ਵੱਡੀ ਮਤਲਬ ਕਿ ਲੜਾਈ ਲੜ ਕੇ ਲੈ ਕੇ ਆਏ ਹਾਂ, ਤਾਂ ਉਹਦੇ ਵਿੱਚ ਅੱਜ ਤੁਸੀਂ ਇਹ ਦੇਖੋ ਜਦੋਂ ਇਹ ਕੰਪਲੀਟ ਹੁੰਦਾ 250 ਏਕੜ ਦੇ ਵਿੱਚ ਹੈਗੀ ਆ, ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈਗਾ, ਅਤੇ ਆਮ ਸ਼ੋਰ ਕਿ ਇੱਥੋਂ ਘੱਟੋ ਘੱਟ ਵੀ 15 ਤੋਂ ਲੈ ਕੇ 25 ਹਜ਼ਾਰ ਬੱਚੇ ਨੂੰ ਇੰਪਲਾਇਮੈਂਟ ਇੱਥੇ ਮਿਲਣੀ ਹੈਗੀ ਆ। ਅਤੇ ਇਸੇ ਤਰੀਕੇ ਮੈਂ ਆਉਣ ਵਾਲੇ ਸਮੇਂ ਦੇ ਅੰਦਰ ਵੀ ਮੇਰੀ ਇਹੀ ਤਮੰਨਾ ਕਿ ਜਿਵੇਂ ਪਹਿਲਾਂ ਜਿਹੜੇ ਕੰਮ ਅਧੂਰੇ ਰਹਿ ਗਏ, ਇੱਕ ਤਾਂ ਮੈਂ ਬੱਚਿਆਂ ਦੇ ਲਈ ਬਹੁਤ ਵੱਡਾ ਉਰੇ ਖੇਡਾਂ ਦਾ ਮਤਲਬ ਕੰਪਲੈਕਸ, ਜਿਹੜਾ ਆਲਰੇਡੀ ਮੈਂ 7 ਏਕੜ ਜਿਹੜੀ ਲੈਂਡ ਉਹ ਲਈ ਹੋਈ ਹੈਗਾ, ਉਹਨੂੰ ਮੈਂ ਕੰਪਲੀਟ ਕਰਾਉਣਾ ਚਾਹੁੰਦਾ, ਕਿਉਂਕਿ ਮੇਰੇ ਯਾਦ ਆ ਕਿ ਜਿੱਦਣ ਮੈਂ ਉਹਦਾ ਉਦਘਾਟਨ ਕੀਤਾ ਸੀ, ਉਸ ਦਿਨ ਸਾਨੂੰ ਇੰਡੀਆ ਨੂੰ ਗੋਲਡ ਮੈਡਲ ਮਿਲਿਆ ਸੀ ਜੈਵਲਨ ਥਰੋ ਦੇ ਵਿੱਚ, ਤਾਂ ਮੈਂ ਉਸ ਮੇਰੇ ਉਦੋਂ ਮਨ 'ਚ ਸੀ ਕਿ ਇਸ ਧਰਤੀ ਦੇ ਵਿੱਚੋਂ ਉੱਤੋਂ ਵੀ ਕੋਈ ਬੱਚੇ ਜਿਹੜੇ ਹੈਗੇ ਖੇਡਾਂ ਖੇਡਣ,
ਔਰ ਅਸੀਂ ਚਾਹੇ 10-20 ਸਾਲ ਬਾਅਦ ਰਹੀਏ ਨਾ ਰਹੀਏ, ਉਹਨਾਂ ਲਈ ਅਸੀਂ ਐਸੀ ਤਿਆਰੀ ਕਰਕੇ ਜਾਈਏ ਕਿ ਉਹ ਵੀ ਓਲੰਪਿਕ ਦੇ ਵਿੱਚ ਜਾ ਕੇ ਮੱਲਾਂ ਮਾਰਨ। ਇੱਕ ਤਾਂ ਮੇਰੇ ਮਨ ਦੇ ਵਿੱਚ ਇਹ ਬਹੁਤ ਜ਼ਿਆਦਾ ਹੈ ਜਿਹੜਾ ਉਹ ਕਰਨਾ ਮੈਂ ਚਾਹੁੰਦਾ। ਦੂਜੀ ਗੱਲ ਇਹ ਹੈਗੀ ਆ ਕਿ ਇਹ ਰਾਜਪੁਰਾ ਜਿਹੜਾ ਗੇਟਵੇ ਆਫ ਪੰਜਾਬ ਆ, ਮੇਰੇ ਮਨ ਦੇ ਅੰਦਰ ਇਹ ਹੈ ਕਿ ਉਰੇ ਹੋਰ ਵੀ ਬੜੇ ਵੱਡੀ ਇੰਡਸਟਰੀ ਜਿਹੜੀ ਆ। ਇੰਡਸਟਰੀ ਲੈ ਕੇ ਤੁਹਾਡਾ ਕੀ ਵਿਊ? ਹਾਂ, ਮੇਰਾ ਬਹੁਤ ਵੱਡਾ ਮਤਲਬ ਕਿ ਇਹ ਮੇਰੀ ਸੋਚ ਆ, ਪਹਿਲਾਂ ਵੀ ਮੈਂ ਇਸੀ ਕਰਕੇ ਲਿਆਇਆ। ਤੁਸੀਂ ਜਾਓਗੇ ਰਾਜਪੁਰੇ ਤੋਂ ਲੈਫਟ ਹੈਂਡ ਸਾਈਡ 'ਤੇ, ਮੈਂ ਬਹੁਤ ਜ਼ਿਆਦਾ ਮਤਲਬ ਕਿ ਜਿਹੜੀ ਇਹ ਰੈੱਡ ਜ਼ੋਨ ਅਸੀਂ ਜਿਹੜਾ ਡਿਕਲੇਅਰ ਕਰਾਇਆ ਸੀਗਾ, ਅਤੇ ਉਹਦੇ ਵਿੱਚ ਕਾਫੀ ਵੱਡੀ ਇੰਡਸਟਰੀ ਆ ਰਹੀ ਆ, ਅਤੇ ਮੈਂ ਹੋਰ ਵੀ ਮੇਰੀ ਕੋਸ਼ਿਸ਼ ਹੋਏਗੀ ਕਿ ਇੱਧਰ ਬਸੰਤਪੁਰਾ ਸਾਈਡ 'ਤੇ ਕਾਫੀ ਵੱਡੇ ਮਤਲਬ ਕਿ ਜਿਹੜਾ ਹੈਗਾ ਕੋਈ ਹੋਰ ਪ੍ਰੋਜੈਕਟ, ਸੀਮੈਂਟ ਦਾ ਜਿਹੜਾ ਬਿਰਲਾ ਦਾ ਪਲਾਂਟ ਆ ਉਹ ਸਾਡੇ ਹੁੰਦੇ ਜਿਹੜਾ ਇੱਥੇ ਆਇਆ, ਅਤੇ ਹੋਰ ਵੀ ਜਿਹੜੇ ਹੈਗੇ ਆ ਇੰਡਸਟਰੀ ਮੈਂ ਇੱਥੇ ਲਿਆਉਣੀ ਚਾਹੁੰਦਾ ਤਾਂ ਕਿ ਜਿਹੜੇ ਬੱਚੇ ਆ ਉਹ ਬਾਹਰ ਨਾ ਜਾਣ। ਦੂਜਾ ਮੇਰਾ ਇੱਕ ਮੇਰੇ ਬਹੁਤ ਕਈ ਪਿਛਲੇ 2 ਸਾਲਾਂ ਤੋਂ ਬਹੁਤ ਜ਼ਿਆਦਾ ਇਹ ਗੱਲ ਮੇਰੇ ਬਾਰ ਬਾਰ, ਕਿਉਂਕਿ ਮੈਂ ਫੋਰਨ ਦੇ ਵਿੱਚ 26 ਕੰਟਰੀਆਂ 'ਚ ਗਿਆ ਮੈਂ ਘੱਟੋ ਘੱਟ, ਉੱਥੇ ਜਿਹੜੇ ਵਾਈਟ ਕਾਲਰ ਜਿਹੜੇ ਸਾਡੇ ਬੱਚੇ ਉਹਦੇ ਜਾਂਦੇ ਹੈਗੇ ਆ ਵਾਈਟ ਕਾਲਰ ਜੋਬ ਲੈਣੇ, ਹੋਰ ਉਹਨਾਂ ਨੂੰ ਬਿਲਕੁਲ ਕੁਛ ਐਸਾ ਨਹੀਂ ਹੈ। ਉਹਦੇ ਕਈ ਵਾਰੀ ਲੈਂਗੁਏਜ ਦੀ ਪ੍ਰੋਬਲਮ ਹੈਗੀ ਹੈ, ਸਾਡੇ ਬੱਚਿਆਂ ਕੋਲ ਇੰਨਾ ਐਕਸਪੀਰੀਅੰਸ ਲੇਬਰ ਕਲਾਸ ਦੇ ਵਿੱਚ ਬਦਲ ਜਾਂਦਾ, ਅਤੇ ਹਾਂਜੀ, ਅਤੇ ਉੱਥੇ ਜਾ ਕੇ ਵੀ ਇਹ ਲੇਬਰ ਇਹਨਾਂ ਨੂੰ ਕਰਨੀ ਪੈਂਦੀ ਹੈਗੀ ਆ। ਅਤੇ ਪਰ ਮੈਂ ਇਹ ਸੋਚਦਾ ਸੀ ਕਿ ਕੋਈ ਸਕਿੱਲ ਦਾ ਉਰੇ ਬਹੁਤ ਵੱਡਾ ਕੋਈ ਮਤਲਬ ਕਿ ਮੈਂ ਐਸਾ ਕੋਈ ਉਹ ਲੈ ਕੇ ਆਵਾਂ, ਇੰਸਟੀਚਿਊਟ ਲੈ ਕੇ ਆਵਾਂ, ਅਤੇ ਜਿਹਦੇ ਵਿੱਚ ਘੱਟੋ ਘੱਟ 8-10,000 ਬੱਚੇ ਨੂੰ ਸਾਲ ਦੇ ਅੰਦਰ ਉਹਨਾਂ ਨੂੰ ਕੋਈ ਐਸੀ ਵਧੀਆ ਟ੍ਰੇਨਿੰਗ ਮਤਲਬ ਕਹਿਣ ਦਾ ਵੀ ਇੱਥੋਂ ਮਿਲੇ ਕਿ ਉਹ ਜੇ ਉਹ ਵਿਦੇਸ਼ਾਂ 'ਚ, ਵੈਸੇ ਤਾਂ ਨਹੀਂ ਅਸੀਂ ਚਾਹੁੰਦੇ ਜਾਣ, ਪਰ ਜੇ ਜਾਣ ਉਹ ਜਦੋਂ ਜਹਾਜ਼ ਤੋਂ ਉਤਰਨ ਉਹਨਾਂ ਨੂੰ ਨਾਲ ਦੀ ਨਾਲ ਜਿਹੜਾ ਕੰਮ ਉਹ ਮਿਲ ਜਾਵੇ, ਧੱਕੇ ਨਾ ਖਾਣੇ ਪੈਣ। ਅਤੇ ਜਿਹਦੇ ਵਿੱਚ ਖਾਸ ਕਰਕੇ ਮੈਂ ਦੇਖਿਆ ਉੱਥੇ ਜਾ ਕੇ ਆਟੋਮੋਬਾਈਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਉੱਥੇ ਸਾਡੀ ਜਿਹੜੀ ਹੈਗੀ ਆ ਇਹ ਤੁਹਾਡਾ ਕਾਰਪੈਂਟਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਅਤੇ ਸਾਡਾ ਇਲੈਕਟ੍ਰੀਕਲ ਜਿਹੜਾ ਮਤਲਬ ਕਿ ਇਲੈਕਟ੍ਰੀਸ਼ਨ ਦੀ, ਪਲੰਬਰ ਦੀ, ਇਹ ਤਾਂ ਕਈ ਐਸੀਆਂ ਮਤਲਬ ਕਿ ਕੈਟਾਗਰੀਜ ਨੇ ਜਿਹੜੀਆਂ ਦੀ ਇੰਨੀ ਜ਼ਿਆਦਾ ਵੇਟਿੰਗ ਆ, ਤੁਹਾਨੂੰ 15-20 ਦਿਨ ਉੱਥੇ ਦੇ ਲੋਕਾਂ ਨੂੰ ਵੇਟ ਕਰਨੀ ਪੈਂਦੀ ਆ। ਐਸੀ ਮਤਲਬ ਕਿ ਟ੍ਰੇਨਿੰਗ ਬੱਚੇ ਜੇ ਜਾਣਾ ਵੀ ਚਾਹੁਣ ਕੁਛ ਸਮੇਂ ਲਈ ਜਾਣ, ਵਾਪਸ ਆਉਣ ਆਪਣੇ ਘਰਾਂ 'ਚ, ਅਤੇ ਉਹ ਇੱਥੋਂ ਐਸੀ ਟ੍ਰੇਨਿੰਗ ਲੈ ਕੇ ਜਾਣ ਕਿ ਉਹਨਾਂ ਨੂੰ ਕੋਈ ਉੱਥੇ ਧੱਕੇ ਨਾ ਖਾਣੇ ਪੈਣ, ਜਾਂਦਿਆਂ ਨੂੰ ਜਿਹੜਾ ਰੁਜ਼ਗਾਰ ਆ ਉਹ ਮਿਲੇ। ਜੀ, ਹੁਣ ਜੇਕਰ ਆਪਾਂ ਮੌਜੂਦਾ ਸਰਕਾਰ ਨੂੰ ਲੈ ਕੇ ਆਈਏ, ਜਿੰਨੇ ਤੁਸੀਂ ਹਰਦਿਆਲ ਜੀ ਕੰਮ ਗਿਣਾਏ ਕਿ ਰਾਜਪੁਰੇ ਦੇ ਵਿੱਚ ਅਸੀਂ ਹੈਲਥ ਨੂੰ ਲੈ ਕੇ ਕੀਤਾ, ਅਸੀਂ ਟ੍ਰੇਡ ਨੂੰ ਲੈ ਕੇ ਕੀਤਾ, ਵਪਾਰ ਨੂੰ ਲੈ ਕੇ ਕੀਤਾ, ਅਸੀਂ ਐਜੂਕੇਸ਼ਨ ਨੂੰ ਲੈ ਕੇ ਕੀਤਾ, ਪੰਚਾਇਤਾਂ ਅਵਾਰਡ ਮਿਲੇ, ਜਿੰਨੇ ਤੁਸੀਂ ਕੰਮ ਕੀਤੇ, ਕੀ ਹੁਣ ਇਹਨਾਂ ਕੰਮਾਂ ਦੀ ਸਾਂਭ ਸੰਭਾਲ ਹੋ ਰਹੀ ਆ ਮੌਜੂਦਾ ਸਰਕਾਰ ਵੱਲੋਂ? ਨਹੀਂ, ਬਿਲਕੁਲ ਨਹੀਂ ਹੋ ਰਹੀ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਬੜਾ ਮਨ ਦੁਖੀ ਹੁੰਦਾ ਜਦੋਂ ਮੈਂ ਨਿਕਲਦਾ। ਮੈਂ ਇੱਕ ਦਿਨ ਚਲਾ ਗਿਆ, ਮੈਨੇ ਨਾ ਬਹੁਤ ਬਨੂੜ ਬਹੁਤ ਵੱਡਾ ਸਟੇਟ ਖੇਡ ਸਟੇਡੀਅਮ ਬਣਾਇਆ, ਉਹਦੇ ਫਿਰ ਮੈਂ ਨੀਚੇ ਬਹੁਤ ਵੱਡਾ ਹਾਲ ਬਣਾ ਕੇ ਉੱਥੇ ਜਿੰਮ ਬਣਾਇਆ ਸੀ, ਔਰ ਜਿੰਮ 'ਚ ਸਾਰੇ ਜਿਹੜੇ ਸੀਗੇ ਮਤਲਬ ਜਿਹੜੇ ਉਹਦੇ ਵਿੱਚ ਲਾਏ ਅਸੀਂ ਇਹ ਐਕਸਰਸਾਈਜ਼ ਕਰਨ ਦੇ ਲਈ ਜਿੰਨੇ ਵੀ ਮਤਲਬ ਕਹਿਣ ਦਾ ਇੰਸਟਰੂਮੈਂਟ ਲਾਏ, ਉਹ ਸਾਰੇ ਬਾਹਰ ਦੇ ਸੀ, ਵਿਦੇਸ਼ਾਂ ਤੋਂ ਮੈਂ ਲਿਆ ਕੇ ਲਾਏ, ਐਡੀ ਟੌਪ ਦੀ ਮਤਲਬ ਕਿ ਜਿਹੜੀ ਹੈਗੀ ਉਹ ਲਾਏ। ਅੱਜ ਉੱਥੇ ਤਾਂ ਤੁਸੀਂ ਦੇਖ ਲਓ ਵੀ ਐਡਾ ਐਡਾ ਘਾਹ ਜੰਮਿਆ ਪਿਆ, ਬੁਰੀ ਹਾਲਤ ਹੋਈ ਪਈ ਆ, ਬਹੁਤ ਬੁਰਾ ਹਾਲ ਆ। ਇੱਦਾਂ ਹੀ ਇੱਥੇ ਆ ਜਿੱਥੇ ਸਾਰੇ ਬਹੁਤ ਜ਼ਿਆਦਾ ਜਿਹੜਾ ਦੁਰਦਸ਼ਾ ਹੋਈ ਪਈ ਹੈਗੀ ਆ। ਜੀ, ਹਾਂਜੀ, ਤੁਸੀਂ ਆਪਣੀ ਫੇਸਬੁੱਕ ਦੇ ਉੱਪਰ ਇੱਕ ਵੀਡੀਓ ਪਾਉਂਦੇ ਹੋ, ਮੀਡੀਆ ਤੁਹਾਨੂੰ ਕਵਰ ਕਰਦਾ, ਉਹ ਕਲਿੱਪ ਹੁੰਦੀ ਹੈ ਇੱਕ ਪੁਲ ਦੀ। ਤੁਸੀਂ ਮੌਜੂਦਾ ਸਰਕਾਰ 'ਤੇ ਇਲਜ਼ਾਮ ਲਾਉਂਦੇ ਹੋ ਕਿ ਤੁਸੀਂ ਨੀਂਹ ਪੱਥਰ ਕਿਉਂ ਰੱਖਿਆ, ਉਦਘਾਟਨ ਕਿਉਂ ਕੀਤਾ, ਆਹ ਪੁਲ ਤਾਂ ਪੁਰਾਣਾ ਪੁਲ ਚੱਲਦਾ ਸੀ, ਉਹ ਗੱਲ ਕੀ ਸੀ? ਦੇਖੋ, ਮੈਂ ਇਹਨਾਂ ਨੂੰ ਵੀ ਕਿਹਾ ਸੀਗਾ ਵੀ ਇਹ ਹਰਦਿਆਲ ਸਿੰਘ ਦੇ ਇੰਨੇ ਕੰਮ ਨੇ ਕੀਤੇ ਹੋਏ, ਕਿਤੇ ਮੇਰਾ ਪੱਥਰ ਨਹੀਂ ਲੱਗਿਆ ਦੇਖੋਗੇ ਤੁਸੀਂ। ਕਾਰਨ ਕੀ ਸੀ? ਮੈਂ ਕਹਿੰਦਾ ਵੀ ਤੁਸੀਂ ਜਨਤਾ ਦੇ ਦਿਲ ਦੇ ਉੱਤੇ ਆਪਣਾ ਨਾਮ ਲਿਖੋ, ਉਹਨਾਂ ਦੇ ਹਿਰਦਿਆਂ ਦੇ ਵਿੱਚ ਵਸੋ ਤੁਸੀਂ,
ਇਹ ਪੁਲਾਂ ਇਹ ਵੱਡੇ ਵੱਡੇ ਪੱਥਰ ਲਾਉਣ ਨਾਲ ਜਾਂ ਹੋਰ ਨਾਲ ਨਾ ਨਹੀਂ ਹੁੰਦੀ। ਹੁਣ ਜਾਂ ਤਾਂ ਕੁਛ ਕਰਕੇ ਹੀ ਲਾਓ ਪੱਥਰ। ਹੁਣ ਤੁਸੀਂ ਇਹ ਦੇਖੋ ਵੀ ਤੁਸੀਂ ਵੀ ਨਿਕਲਦੇ ਹੋਣੇ ਇੱਧਰੋਂ ਕਿਤੇ, ਬਹੁਤ ਛੋਟੇ ਹੁੰਦੇ ਵੀ ਜਾਂਦੇ ਹੋਣੇ। ਇਹ 25 ਸਾਲ ਹੋ ਗਏ ਇਸ ਪੁਲ ਬਣੇ ਨੂੰ, ਅਤੇ ਮੈਂ ਤਾਂ ਹੈਰਾਨ ਹਾਂ ਉਹ 25 ਸਾਲ ਤੋਂ ਬਾਅਦ ਜਾ ਕੇ ਇਹ ਜਿਹੜੀ ਬੀਬੀ ਸਾਡੀ MLA ਆ ਉਹਨੇ ਉਹਦਾ ਉੱਥੇ ਉਦਘਾਟਨ ਕਰਤਾ, ਦੱਸੋ ਜੀ, ਅਤੇ 25 ਸਾਲ ਬਾਅਦ। ਅਤੇ ਮੈਂ ਹੈਰਾਨ ਹਾਂ ਵੀ ਬੀਬੀ ਜੀ, ਜੇ ਤੁਹਾਨੂੰ ਕਰਨਾ ਹੀ ਸੀ, ਮੈਂ 35 ਕਰੋੜ ਰੁਪਇਆ ਇੱਥੇ ਇੱਕ ਪੁਲ ਦਿੱਤਾ ਮਹਿੰਦਰਗੰਜ ਦੇ ਉੱਤੇ, ਜਿਹਦਾ 80% ਕੰਮ ਮੁਕੰਮਲ ਹੋ ਗਿਆ ਸੀ, ਬਾਅਦ 'ਚ ਸਰਕਾਰ ਬਦਲ ਗਈ, ਨਹੀਂ ਤਾਂ ਕਦੋਂ ਦਾ ਚੱਲ ਜਾਣਾ ਸੀ। ਉੱਥੇ ਤੁਸੀਂ ਕਿੱਟ ਨਹੀਂ ਲਵਾ ਸਕੇ, ਕਿਤੇ ਜਿਤੇ ਕਿਤੇ ਜਾਂਦੇ ਗੱਡੀ 'ਚ 2 ਇੱਟਾਂ ਰੱਖ ਕੇ ਲੈ ਜਾਂਦੇ ਹਾਂ, ਉੱਥੇ ਜਾ ਕੇ ਰੱਖੇ ਨੇ, ਫੋਟੋ ਖਿਚਾ ਕੇ ਫੇਸਬੁੱਕ 'ਤੇ ਪਾ ਦਿੰਦੇ ਹੈਗੇ। ਇਹ ਨਹੀਂ ਕਿਤੇ ਕੁਛ ਵੀ ਨਹੀਂ ਹੋ ਰਿਹਾ, ਪੀਪਲ ਆਰ ਕਰਾਈਮ। ਲੋਕਾਂ ਨੂੰ ਕਹੀ ਜਾਂਦੇ ਸਾਡੇ ਨਾਂ 'ਤੇ ਜ਼ਮੀਨਾਂ ਲਿਖ ਦਿਉ ਪਿੰਡਾਂ ਦੇ ਵਿੱਚ। ਬੜਾ ਰਹਿੰਦਾ ਰਾਜਪੁਰੇ, ਤੀਜੇ ਦਿਨ ਕੋਈ ਨਾ ਕੋਈ ਵੀਡੀਓ ਆਡੀਓ ਵਾਇਰਲ ਹੋ ਜਾਂਦੀ ਹੈ, ਕਦੇ ਮਿਊਂਸੀਪਲ ਕਾਰਪੋਰੇਸ਼ਨ ਦੇ ਵਿੱਚ ਰੌਲਾ ਪੈ ਜਾਂਦਾ, ਕਦੇ ਇੱਥੇ ਉਹ ਚੋਰੀਆਂ ਦੀ ਗੱਲ ਆਉਂਦੀ ਹੈ, ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ ਅਤੇ ਉਹ ਸਨੇਚਿੰਗ ਹੋ ਰਹੀ ਹੈ ਇੱਥੇ। ਕੰਟਰੋਲ ਕਿਉਂ ਨਹੀਂ MLA ਸਾਹਿਬ ਹੈਗਾ? ਕਿਉਂਕਿ ਵੱਡੀ ਗੱਲ ਇਹ ਕਿ ਰਾਜਪੁਰਾ ਇੱਕ ਟ੍ਰੇਡ ਦਾ ਹੱਬ ਹੈ ਜਿਹਨੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਸਿਤ ਹੋਣਾ, ਕਿਉਂਕਿ ਪਹਿਲਾਂ ਵੀ ਇੱਥੇ ਫੈਕਟਰੀਆਂ ਰਹੀਆਂ ਨੇ, ਅੱਜ ਵੀ ਪੰਜਾਬ ਰਾਜਪੁਰਾ ਦੇ ਜਿਹੜੇ ਕਾਰੋਬਾਰੀ ਲੋਕ ਹੈਗੇ ਨੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਾਰੋਬਾਰ ਕਰ ਰਹੇ ਨੇ, ਰਾਜਪੁਰਾ ਦੀ ਵੀ ਉਹਨਾਂ ਨੂੰ ਫਿਕਰ ਹੈ। ਕਈ ਕਾਰੋਬਾਰੀ ਇੱਦਾਂ ਦੇ ਨੇ ਕਿ ਪੰਜਾਬ ਦੇ ਵਿੱਚ ਕਾਰੋਬਾਰ ਕਰ ਰਹੇ ਨੇ, ਰਿਹਾਇਸ਼ ਰਾਜਪੁਰਾ ਦੇ ਵਿੱਚ ਹੈ, ਪਰ ਜਦੋਂ ਜਿਹੜੀਆਂ ਵੱਡੀਆਂ ਇੱਥੇ ਵਾਰਦਾਤਾਂ ਹੋ ਰਹੀਆਂ ਨੇ, ਜਿਹੜੀਆਂ ਦਿਲ ਕੰਬਾਊ ਵਾਰਦਾਤਾਂ ਨੇ, ਜਾਂ ਛੋਟੀਆਂ ਮੋਟੀਆਂ ਚੋਰੀਆਂ ਹੋ ਰਹੀਆਂ ਨੇ, ਜਾਂ ਅਫਸਰਾਂ ਦੀਆਂ ਲੀਡਰਾਂ ਦੀਆਂ ਆਡੀਓ ਵਾਇਰਲ ਹੋ ਰਹੀਆਂ ਨੇ ਕਿ ਤੁਸੀਂ ਸਾਡੇ ਨਾਲ ਸੌਦੇਬਾਜ਼ੀ ਕਰ ਲਓ ਅੱਗੇ, ਜਦੋਂ ਇੰਨਾ ਕੁਛ ਇੱਥੇ ਹੋ ਰਿਹਾ ਤਾਂ ਫਿਰ ਨੁਕਸਾਨ ਨਹੀਂ ਹੋਊਗਾ ਇਸ ਚੀਜ਼ ਦਾ ਫਾਈਨਾਂਸ ਨੂੰ ਵੀ ਅਤੇ ਫੈਕਟਰੀ ਨੂੰ? ਦੇਖੋ ਗੱਲ ਇਹ ਹੈਗੀ ਹੈ, ਲਾਅ ਐਂਡ ਆਰਡਰ 'ਤੇ ਮੈਂ ਬਹੁਤ ਜ਼ਿਆਦਾ ਪਹਿਲਾਂ ਵੀ, ਮੈਂ ਤਾਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਉਦੋਂ ਕਿਉਂ ਨਹੀਂ ਸੀ ਹੁੰਦੀਆਂ ਇਹ, ਹੁਣ ਕਿਉਂ ਹੁੰਦੀਆਂ ਨੇ? ਮੈਂ ਬਸ ਤੁਹਾਨੂੰ ਇੱਕ ਮੋਟੀ ਜਿਹੀ ਗੱਲ ਦੱਸਦਾ ਵੀ ਜਦੋਂ ਸ਼ਾਸਕ ਕਰਪਟ ਹੋਵੇ ਨਾ, ਪ੍ਰਸ਼ਾਸਕ ਆਟੋਮੈਟਿਕਲੀ ਕਰਪਟ ਹੋ ਜਾਂਦਾ। ਜਦੋਂ ਤੁਸੀਂ ਥਾਣੇਦਾਰਾਂ ਤੋਂ ਪੈਸੇ ਲੈਣੇ ਆ, ਤੁਸੀਂ ਤਹਿਸੀਲਦਾਰਾਂ ਤੋਂ ਪੈਸੇ ਲੈਣੇ ਆ, ਤੁਸੀਂ BDO ਤੋਂ ਪੈਸੇ ਲੈਣੇ ਆ, ਤੁਸੀਂ EO ਤੋਂ ਪੈਸੇ ਲੈਣੇ ਹੈਗੇ ਆ, ਆਪਾਂ ਕਿਵੇਂ ਸੋਚ ਸਕਦੇ ਹਾਂ ਕਿ ਉਹ ਬਿਨਾਂ ਪੈਸੇ ਤੋਂ ਕੰਮ, ਕੋਈ ਤਨਖਾਹ 'ਚੋਂ ਤਾਂ ਨਹੀਂ ਦਿੰਦਾ ਹੈਗਾ, ਆਪਣੀ ਜੇਬ 'ਚੋਂ ਕੋਈ ਨਹੀਂ ਦਿੰਦਾ। ਜੇ ਤੁਸੀਂ ਉਹਨਾਂ ਤੋਂ ਤੁਸੀਂ ਪੈਸਾ ਲੈਣਾ ਹੈਗਾ ਤਾਂ ਲੋਕਾਂ ਦੀ ਤਾਂ ਉਹਨਾਂ ਨੇ ਲੁੱਟ ਕਰਨੀ ਹੈਗੀ ਆ। ਮੌਜੂਦਾ ਜਿਹੜੇ MLA ਨੇ ਇੱਥੇ, ਮੈਡਮ ਨੇ ਨਾ ਮਿੱਤਲ, ਉਹ ਕਹਿੰਦੇ ਨੇ ਕਿ ਰਾਜਪੁਰਾ ਦੇ ਵਿੱਚ ਕਰਪਸ਼ਨ 0 ਟੋਲਰੈਂਸ ਹੈ, ਰਾਜਪੁਰਾ ਦੇ ਵਿੱਚ ਕਰਪਸ਼ਨ ਦਾ ਨਾਮ ਨਹੀਂ, ਕੋਈ ਅਧਿਕਾਰੀ ਸਰਕਾਰੀ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰੀ ਹੈਗਾ, ਪਟਵਾਰੀ ਤਹਿਸੀਲ, ਕਹਿੰਦਾ ਤੁਸੀਂ ਕਿਤੇ ਚਲੇ ਜਾਓ ਤੁਹਾਡੇ ਤੋਂ ਕੋਈ ਬੰਦਾ 1 ਰੁਪਈਆ ਨਹੀਂ ਲਊਗਾ, ਅਸੀਂ ਰਾਜਪੁਰਾ ਨੂੰ ਕਰਪਸ਼ਨ ਮੁਕਤ ਕਰਤਾ, ਅਸੀਂ ਰਾਜਪੁਰਾ ਨੂੰ ਨਸ਼ਾ ਮੁਕਤ ਕਰਤਾ। ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸਦਾ, 2-3 ਕੁ ਦਿਨ ਪਹਿਲਾਂ ਇੱਕ ਆਡੀਓ ਰਿਲੀਜ਼ ਹੋਈ ਆ, ਜਿਹੜਾ ਇਹਨਾਂ ਦਾ ਉਹ MLA ਦਾ ਕੀ ਕੋਆਰਡੀਨੇਟਰ ਆ ਜਿਹੜਾ ਕੋਈ, ਹਾਂਜੀ ਆਮ ਆਦਮੀ ਪਾਰਟੀ ਦਾ ਜਿਹੜਾ, ਹਾਂਜੀ, ਔਰ 24 ਘੰਟੇ ਕੋਈ ਕੱਕੜ ਨਾਂ ਦਾ ਬੰਦਾ ਹੈਗਾ, ਉਹਦੀ ਆਡੀਓ ਸੁਣ ਲਿਓ ਤੁਸੀਂ ਕਿ ਕਿਵੇਂ ਉਹ ਅਫਸਰਾਂ ਨੂੰ ਕਹਿ ਰਿਹਾ ਹੈਗਾ, ਕਿਸੇ ਮੁਲਾਜ਼ਮ ਦੇ ਨਾਲ ਗੱਲ ਕਰ ਰਿਹਾ ਕਿ ਆਪਾਂ NH ਇਵੇਂ ਕਰ ਲਈਏ, ਇਹਦੀ ਸੌਦੇਬਾਜ਼ੀ ਕਰ ਲਈਏ ਕਰ ਲਈਏ। ਬਾਕੀ ਤੁਸੀਂ ਉਰੇ ਸ਼ਹਿਰ 'ਚ ਜਾਓ, ਜਿਹੜੇ ਬੰਦੇ ਪਟਾਕੇ ਲਾਉਂਦੇ ਸੀਗੇ ਦਿਵਾਲੀ ਦੇ ਉੱਤੇ, ਸਭ ਤੋਂ ਵੱਧ ਰੌਲਾ ਉਰੇ ਤੋਂ ਪਿਆ। ਉਹਨਾਂ ਦਿਵਾਲੀ 'ਤੇ ਕੀ ਹੁੰਦਾ ਭੰਗੂ ਜੀ, ਇੱਕ ਗਰੀਬ ਬੰਦਾ ਕਿਸੇ ਤੋਂ 20-25 ਹਜ਼ਾਰ ਦਾ ਲੋਨ ਲੈ ਕੇ ਪਟਾਕੇ ਲੈ ਲੈਂਦਾ, ਅਤੇ ਉਸਨੂੰ ਉਹ ਦਿਵਾਲੀ ਵਾਲੇ ਦਿਨ ਵੇਚ ਕੇ 10-15 ਕੁ ਹਜ਼ਾਰ ਰੁਪਇਆ ਕਮਾ ਲੈਂਦੇ ਕਿ ਆਪਣੇ ਬੱਚਿਆਂ ਲਈ ਦਿਵਾਲੀ ਦਿਵਾਲੀ ਵਧੀਆ ਮਨਾਈ ਜਾਏਗੀ। ਇਹਨਾਂ ਨੇ ਉਹਨਾਂ ਤੋਂ ਵੀ ਦੇਖ ਲਓ ਫੜੀ ਲਾਉਣ ਦੇ ਦਿਵਾਲੀਏ 'ਤੇ, ਉਹਨਾਂ ਤੋਂ ਵੀ 5 ਤੋਂ ਲੈ ਕੇ 10-20 ਹਜ਼ਾਰ ਰੁਪਇਆ ਲਿਆ, ਮੈਂ ਤੁਹਾਨੂੰ ਦੱਸਾਂ। ਅਤੇ ਤੁਸੀਂ ਉਹ ਰੋਂਦੇ ਗਏ ਬੰਦੇ ਵੀ ਸਾਡੇ, ਹਾਂਜੀ ਵੀ ਅਸੀਂ ਕੀ ਕਰੀਏ, ਅਸੀਂ ਤਾਂ ਮਰ ਗਏ ਪਿਛਲੇ 10 ਸਾਲਾਂ 'ਚ, ਸਾਨੂੰ ਹਰਦਿਆਲ ਸਿੰਘ ਨੇ ਕੋਈ ਸਾਨੂੰ ਤਕਲੀਫ ਨਹੀਂ ਆਉਣ ਦਿੱਤੀ, ਸਾਨੂੰ ਕਦੇ ਮਤਲਬ ਕਹਿਣ ਦਾ ਵੀ ਉਰੇ ਰੋਕਿਆ ਨਹੀਂ ਗਿਆ ਖੁੱਲ੍ਹ ਕੇ। ਅੱਜ
ਥਾਂ 'ਤੇ ਮੈਂ ਹੁਣੀ ਅਸੀਂ ਜਾ ਰਹੇ ਸੀ ਇੱਥੇ ਮੁੱਖ ਸਕੂਲ, ਕੋਈ ਕੰਮ ਸੀ ਕੋਈ ਆਪਣੇ ਬੰਦਿਆਂ ਦਾ, ਇੱਥੇ ਟਾਹਲੀ ਵਾਲੇ ਚੌਂਕ ਦੇ ਅੰਦਰ ਉਹ ਲੱਗਿਆ ਹੋਇਆ ਸੀਗਾ ਜੈਮ। ਕੋਈ ਉੱਥੇ ਮਤਲਬ ਕਹਿਣ ਦਾ ਵੀ ਇਹ ਟ੍ਰੈਫਿਕ ਵਾਲਾ ਮੁਲਾਜ਼ਮ ਨਹੀਂ ਖੜਿਆ। ਉੱਥੇ ਤੁਸੀਂ ਬਾਹਰ ਜਾਓ ਸਰਹੰਦ ਰੋਡ 'ਤੇ, ਟ੍ਰੈਫਿਕ ਵਾਲੇ ਸਾਰੇ ਉੱਥੇ ਟਰੱਕਾਂ ਨੂੰ ਘੇਰ ਰਹੇ ਹੈਗੇ ਆ, ਹੈਂਜੀ ਟਰੱਕਾਂ ਨੂੰ ਘੇਰ ਕੇ ਪੈਸੇ ਲੈ ਰਹੇ। ਜਿੱਥੇ ਤਾਂ ਲੋੜ ਹੈ ਤੁਹਾਡੀ ਉੱਥੇ ਖੜਦੇ ਨਹੀਂ, ਹਾਈਵੇ 'ਤੇ ਖੜ ਕੇ ਤੁਸੀਂ ਉੱਥੇ ਲੋਕਾਂ ਨੂੰ ਦੀ ਬਾਹਰ ਲਿਆਉਣ 'ਚ। ਤੁਸੀਂ ਹਾਈਵੇ ਦਾ ਜ਼ਿਕਰ ਕੀਤਾ ਐਮਐਲਏ ਸਾਹਿਬ, ਦੋ ਵੀਡੀਓ ਦੀ ਮੈਂ ਵੀ ਕੀਤੀ ਸੀ। ਜਦੋਂ ਆਪਾਂ ਰਾਜਪੁਰਾ ਮੰਡੀ ਤੋਂ ਪਟਿਆਲਾ ਨੂੰ ਜਾਂਦੇ ਹਾਂ, ਉਹ ਰੋਡ ਉੱਥੇ ਕੋਈ ਸ਼ਾਇਦ ਲਾਈਨ ਵਗੈਰਾ ਦੱਬੀ ਗਈ ਸੀ, ਉਹ ਜਿਉਂ ਦਾ ਤਿਉਂ ਪਿਆ। ਉੱਥੇ ਐਕਸੀਡੈਂਟ ਵੀ ਹੋ ਰਹੇ ਨੇ, ਉੱਥੇ ਲੋਕਾਂ ਦੀ ਮਸ਼ੀਨਰੀ ਦਾ ਵੀ ਨੁਕਸਾਨ ਹੋ ਰਿਹਾ, ਉਹ ਹੁਣ ਤੱਕ ਕਿਉਂ ਨਹੀਂ ਬਣਿਆ? ਹਾਲਾਂਕਿ ਸਵਾਲ ਇਹ ਮੌਜੂਦਾ ਧਿਰ ਨੂੰ ਹੋਣਾ ਬਣਦਾ, ਸਵਾਲ ਉੱਥੇ ਤੁਹਾਨੂੰ ਹੋਊਗਾ ਕਿ ਤੁਸੀਂ ਉਹਦੇ 'ਤੇ ਸਟਰਗਲ ਕਿਉਂ ਨਹੀਂ ਕੀਤੀ? ਉਹਦੀ ਸਟਰਗਲ ਦੀ ਗੱਲ ਸੁਣ ਲਓ, ਉਹਦਾ ਪੈਸਾ ਹੀ ਸਾਡੀ ਸਰਕਾਰ ਦੇ ਟਾਈਮ ਆਇਆ ਸੀ 50-55 ਕਰੋੜ ਰੁਪਇਆ, ਅਤੇ ਉੱਧਰ ਸੜੀਆਂ ਸਾਈਡ ਦੀਆਂ ਕਲੋਨੀਆਂ ਨੇ ਸਾਡੀਆਂ, ਉਹਨਾਂ ਕਲੋਨੀਆਂ ਦੇ ਵਿੱਚੋਂ ਸੀਵਰ ਜਿਹੜਾ ਪਿਛਲੇ 30-35 ਸਾਲ ਤੋਂ ਪਿਆ ਨਹੀਂ ਸੀ, ਉਹ ਸਾਰਾ ਅਸੀਂ ਪਵਾ ਕੇ ਦਿੱਤਾ ਸੀ। ਪਰ ਉਹਦੇ ਇਹ ਜਿਹੜਾ ਬਣਨ ਦਾ ਸੜਕ ਦਾ ਜਾਂ ਹੋਰ ਆ, ਉਹ ਸਾਰਾ ਵਿੱਚ ਇਨਕਲੂਡ ਪੈਸਾ ਹੁੰਦਾ। ਪਰ ਇਹਨਾਂ ਨੇ ਕੋਈ ਪਤਾ ਨਹੀਂ, ਇਹਨਾਂ ਦਾ ਧਿਆਨ ਨਹੀਂ, ਠੇਕੇਦਾਰਾਂ ਤੋਂ ਪੈਸੇ ਮੰਗਦੇ ਆ, ਸਾਰਾ ਕੁਝ ਮੰਗਦੇ ਆ ਕਿ ਕੰਮ ਕਿਵੇਂ ਹੋਏਗਾ। ਜਦ ਤੁਹਾਡੀ ਨੀਅਤ ਹੀ ਸਾਫ਼ ਨਹੀਂ ਤਾਂ ਨੀਤੀ ਕਿਵੇਂ ਲਾਗੂ ਹੋ ਜਾਏਗੀ? ਲੋਕ ਸਭਾ ਲੜੋਗੇ? ਲੋਕ ਸਭਾ ਜੀ ਦੇਖੋ, ਪਾਰਟੀ ਫੈਸਲਾ ਕਰੇਗੀ, ਪਾਰਟੀ ਜ਼ਿੰਮੇਵਾਰੀ ਦੇਵੇਗੀ। ਕਦੇ ਭੱਜਿਆ ਨਹੀਂ ਕਿਸੇ ਜ਼ਿੰਮੇਵਾਰੀ ਤੋਂ ਮੈਂ, ਅਤੇ ਨਾ ਭੱਜਾਂ। ਅੱਜ ਜੇ ਪਾਰਟੀ 'ਤੇ ਔਖਾ ਸਮਾਂ ਹੈ, ਮੈਂ ਤੁਹਾਨੂੰ ਇੱਕ ਦੱਸ ਦਿੰਦਾ, ਪਾਰਟੀ 'ਤੇ ਜੇ ਔਖਾ ਸਮਾਂ, ਹਰਦਿਆਲ ਸਿੰਘ ਉਹਨਾਂ ਦੀ ਹਰ ਗੱਲ ਮੰਨਣ ਨੂੰ ਤਿਆਰ ਆ, ਔਰ ਤਕੜੇ ਹੋ ਕੇ ਲੜਾਈ ਲੜਾਂਗੇ। ਤਾਂ ਜਿਹਨਾਂ ਜਿਹੜੇ ਟੱਕਰ 'ਚ ਇਹ ਕਿਸੇ ਨਾਲ ਵੀ ਹੋਵੇ, ਵੱਡੇ ਤੋਂ ਵੱਡੇ ਬੰਦੇ ਨਾਲ ਹੋਵੇ, ਕਦੇ ਘਬਰਾਏ ਨਹੀਂ ਜ਼ਿੰਦਗੀ 'ਚ। ਤੁਹਾਨੂੰ ਕਿਹਾ ਕਿ ਬਸ ਜੰਮਦੇ ਹੀ ਰਾਜਨੀਤੀ 'ਚ ਆਏ ਹੋਏ ਹਾਂ, ਅਤੇ ਉਦੋਂ ਦੇ ਲੱਗੇ ਹੋਏ ਹੈਗੇ, ਨਾ ਕਦੇ ਟੈਰਰਿਜ਼ਮ ਦੇ ਟਾਈਮ ਵੀ ਪੂਰਾ ਖੁੱਲ੍ਹ ਕੇ ਲੜਾਈ ਲੜਦੇ ਆਏ ਹਾਂ। ਆਪਣੇ ਬੱਚਾ ਮੇਰਾ ਕਿਤੇ ਹੁੰਦਾ ਸੀ, ਮੈਂ ਕਿਤੇ ਹੁੰਦਾ ਸੀ, ਵਾਈਫ ਮੇਰੀ ਕਿਤੇ ਹੁੰਦੇ ਸੀ, ਤਾਂ ਨਹੀਂ ਅਸੀਂ ਡੋਲੇ। ਔਰ ਤੁਹਾਨੂੰ ਮੈਂ ਇੱਕ ਦੱਸ ਦਿੰਦਾ, ਬਹੁਤ ਵਿਰੋਧੀ ਇੱਕ ਦੂਜੇ 'ਤੇ ਇਲਜ਼ਾਮ ਲਾਉਂਦੇ ਨੇ, ਮਾਲਕ ਦੀ ਸਾਡੇ 'ਤੇ ਇੰਨੀ ਕਿਰਪਾ ਉਸ ਪਰਮਾਤਮਾ ਦੀ ਕਿ ਅੱਜ ਤੱਕ ਤੁਹਾਨੂੰ ਕੋਈ ਬੰਦਾ ਨਹੀਂ ਮਿਲੇਗਾ ਕਿ ਜਿਹੜਾ ਬੰਦਾ ਕਹੇ ਕਿ ਮੈਂ ਕੰਪੋਜ਼ ਸਾਹਿਬ ਨੂੰ 500 ਰੁਪਇਆ ਜਾਂ 1000 ਰੁਪਇਆ ਦੇ ਕੇ ਕੰਮ ਕਰਾ ਕੇ ਆਇਆ। ਮੈਨੂੰ 20-20 ਸਾਲ ਤੋਂ ਪਹਿਲਾਂ ਵੀ ਜਦੋਂ ਮੈਂ AMC ਲੋਕ ਆ ਕੇ ਕਹਿੰਦੇ ਸੀ, ਅਸੀਂ ਸਾਡੀ ਬੱਚੀ ਦੀ ਬਦਲੀ ਲਈ ਆਏ, ਸਾਡਾ ਆਹ ਬੇਟੇ ਨੂੰ ਭਰਤੀ ਕਰਾਉਣ ਲਈ ਆਏ, 4000 ਬੰਦਾ ਮੈਂ ਆਪਣੀ ਕਲਮ ਨਾਲ ਉਦੋਂ ਭਰਤੀ ਕੀਤਾ ਸੀ, ਕੋਈ 400 ਰੁਪਏ ਦੇ ਬਾਰੇ ਨਹੀਂ ਕੋਈ ਕਹਿ ਸਕਦਾ ਹੈਗਾ। ਸੋ ਉੱਦਾਂ ਜਿੱਦਾਂ ਮਰਜ਼ੀ ਚੋਏ, ਕੋਈ ਇੱਥੇ ਵੀ ਤੁਸੀਂ ਰਾਜਪੁਰੇ 'ਚ ਵੀ, ਮੈਂ ਇਹ ਕਹਿਣਾ ਹੈਗਾ, ਮੈਂ 10 ਸਾਲ MLA ਰਿਹਾ, ਕੋਈ ਇੱਕ ਬੰਦਾ ਫੜ ਲਿਓ ਜਿਹੜਾ ਬੰਦਾ ਕਹੇ ਕਿ ਮੈਂ ਇੱਕ ਤੁਹਾਡਾ ਇੱਕ ਮਿੰਟ ਲੈਣਾ। ਆਈ ਐਮ ਏ ਪੋਲੀਟੀਕਲ ਪਰਸਨ, ਬਟ ਆਈ ਬਿਲੀਵ ਇਨ ਗੋਡ, ਠੀਕ ਹੈ ਨਹੀਂ? ਮੈਂ ਰੱਬ 'ਚ ਇੰਨਾ ਮੇਰਾ ਯਕੀਨ ਆ, ਮੈਂ ਅੰਦਰੋਂ ਖੋਲ੍ਹ ਕੇ ਨਹੀਂ ਦਿਖਾ ਸਕਦਾ। ਮੈਂ 10 ਸਾਲ MLA ਰਿਹਾ, ਮੇਰੇ ਵਾਈਫ ਅੰਦਰ ਬੈਠੇ, ਇਹਨਾਂ ਨੂੰ ਪੁੱਛ ਲਓ ਬੁਲਾ ਕੇ, ਕਸਮ ਪਵਾ ਕੇ, 10 ਸਾਲ 'ਚ ਮੈਨੂੰ 2.5-3 ਕਰੋੜ ਰੁਪਇਆ ਤਨਖਾਹ ਮਿਲੀ ਹੈ, ਸਰਕਾਰੀ ਤਨਖਾਹ ਜਿਹੜੀ ਮਿਲਦੀ ਆ। ਮੈਂ ਕਦੇ 250 ਰੁਪਇਆ ਆਪਣੇ ਘਰ ਨਹੀਂ ਦਿੱਤਾ, ਮੈਂ ਤੁਹਾਨੂੰ ਦੱਸਾਂ। ਸਾਰੇ ਇੱਥੇ ਹੀ ਬੱਚਿਆਂ 'ਤੇ, ਕਿਸੇ ਨੂੰ ਖੇਡਾਂ ਦਾ ਸਮਾਨ, ਕਿਸੇ ਨੂੰ ਦਵਾਈ ਦਵਾਤੀ, ਕਿਸੇ ਦੀ ਫੀਸ ਭਰਤੀ, ਕਿਸੇ ਨੂੰ ਕੋਈ ਤਕਲੀਫ ਆ ਉਹਦੇ ਦੇ 'ਤੇ, ਮਤਲਬ ਸਾਰਾ ਇੱਥੇ ਹੀ ਆ। ਇੱਥੇ 100 ਬੰਦਾ ਆ ਜੇ, 200 ਆ ਜੇ, ਲੰਗਰ ਚੱਲਦਾ ਪੂਰਾ, ਮਤਲਬ ਕਹਿਣ ਦਾ ਵੀ ਕਦੇ ਅਸੀਂ ਇਹ ਨਹੀਂ ਸੋਚਿਆ ਹੈਗਾ। ਔਰ ਇੰਨੇ ਨੇ ਬੱਚੇ ਕੰਮ ਵਾਸਤੇ ਆ ਜਾਂਦੇ ਹੈਗੇ, ਇੱਕੇ ਨੰਬਰ ਰੱਖਿਆ ਹੋਇਆ, ਜਿੱਦਾਂ ਦਾ ਮੈਂ ਫੋਨ ਲਿਆ ਕਦੇ ਨੰਬਰ ਨਹੀਂ ਬਦਲਿਆ। ਮੈਂ ਤੁਹਾਨੂੰ ਦੱਸਾਂ, ਐਨ ਸਾਦਗੀ ਨਾਲ ਰਹੀਦਾ, ਪੈਰਾਂ 'ਚ ਚੱਪਲ ਪਾ ਕੇ ਰੱਖੀ ਦੀ ਹੈਗੀ ਆ, ਆਹ ਕੱਪੜੇ ਵੀ ਮੇਰੇ ਘਰ ਵਾਲੀ ਜ਼ਮੀਨ ਦੇ ਠੇਕੇ 'ਚੋਂ ਬਣਾ ਕੇ ਦਿੰਦੀ ਹੈ। ਮੈਂ ਤਾਂ ਸਮਰਪਿਤ ਹਾਂ ਮਤਲਬ ਕਿ ਲੋਕਾਂ ਨੂੰ, ਔਰ ਮੈਂ ਤਾਂ ਹੁਣ ਪਰਮਾਤਮਾ ਤੋਂ ਇੱਕ ਗੱਲ ਮੰਨਦਾ ਕਿ ਸੱਚਾ ਪਾਤਸ਼ਾਹ, ਜਿੰਨੀ ਕੁ ਵੀ ਮੈਨੂੰ ਤੈਨੂੰ, ਮੈਂ ਹੁਣ 63 ਦਾ ਹੋ ਗਿਆ, ਕਿ ਜਿੰਨੀ ਕੁ ਵੀ ਤੈਨੇ ਮੈਨੂੰ ਹੁਣ ਉਮਰ ਦੇਣੀ ਹੈਗੀ ਆ, ਮੈਂ ਇਹ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਕਿ ਇੱਕ ਇੱਕ ਦਿਨ
ਇੱਕ ਇੱਕ ਸਾਹ ਮੇਰੀ ਜਨਤਾ ਦੀ ਸੇਵਾ 'ਚ ਲੱਗੇਗਾ। ਤੁਸੀਂ ਆਪਣਾ ਦਿਨ ਕਿੰਨੇ ਵਜੇ ਸ਼ੁਰੂ ਕਰਦੇ ਹੋ? ਮੈਂ ਸਵੇਰੇ 6 ਵਜੇ ਤੋਂ ਸ਼ੁਰੂ ਕਰ ਲੈਣਾ। 6 ਵਜੇ ਮੁੰਡਾ ਮੈਨੂੰ ਐਕਸਰਸਾਈਜ਼ ਕਰਾਉਣ ਆ ਜਾਂਦਾ, ਮੈਂ ਇੱਕ ਰੱਖਿਆ ਹੋਇਆ ਮੁੰਡਾ, ਅਤੇ ਉਹ ਅੱਧਾ ਪੌਣਾ ਘੰਟਾ ਲੈਂਦਾ ਵਾ। ਉਹ ਤੋਂ ਬਾਅਦ ਫਿਰ ਮੇਰਾ ਪੇਪਰ ਆ ਜਾਂਦਾ, ਮੈਂ ਪੇਪਰ ਪੜ੍ਹਨੇ ਸ਼ੁਰੂ ਕਰ ਦਿੰਦਾ ਹੈਗਾ। ਉਹ ਤੋਂ ਬਾਅਦ ਜਿਹੜੀਆਂ ਕਾਲਜ ਹੁੰਦੀਆਂ ਨੇ, ਜੇ ਰਾਤ ਨੂੰ ਕੋਈ ਆਈਆਂ ਲੇਟ, ਉਹਨਾਂ ਦਾ ਆਂਸਰ ਦੇ ਦੇਣਾ, ਜਾਂ ਸ਼ੁਰੂ ਹੁੰਦਾ ਨਹਾਉਣਾ ਧੋਣਾ ਸ਼ੁਰੂ ਕਰਕੇ ਬਸ ਨਾਸ਼ਤਾ ਕਰਕੇ। ਆਮ ਆਦਮੀ ਪਾਰਟੀ ਨੂੰ MLA ਛੱਡਣ ਲੱਗ ਪਏ, ਸ਼ੀਤਲ ਅੰਗੁਰਾਲਾ ਚਲਾ ਗਿਆ ਜਲੰਧਰ ਵਾਲਾ, ਅਤੇ MP ਵੀ ਚਲਾ ਗਿਆ ਸੁਸ਼ੀਲ ਕੁਮਾਰ ਨੇ, ਹਾਲਾਂਕਿ ਕਾਂਗਰਸ ਤੋਂ ਲਿਆ ਸੀ ਉਹ ਆਮ ਆਦਮੀ ਪਾਰਟੀ ਨੇ, ਅਤੇ ਹੁਣ BJP 'ਚ ਚਲਾ ਗਿਆ। ਦੇਖੋ ਮੈਂ ਪੰਗੂ ਜੀ, ਤੁਸੀਂ ਗੱਲ ਕੀਤੀ, ਬਹੁਤ ਵਧੀਆ ਗੱਲ ਹੈਗੀ ਆ। ਅੱਜ ਮੈਂ ਪੰਜਾਬ ਦੀ ਜਿਹੜੀ ਧਰਤੀ ਹੈ ਨਾ, ਗੁਰੂਆਂ ਪੀਰਾਂ ਦੀ ਧਰਤੀ ਹੈ, ਬੜੀ ਫਰਟਾਈਲ, ਮਤਲਬ ਕਿ ਇਹ ਪੰਜਾਬ ਸਾਡੀ ਸਟੇਟ ਸੀ ਕਿਸੇ ਵਕਤ, ਅੱਜ ਤਾਂ ਨਹੀਂ ਮੈਂ ਕਹਿ ਸਕਦਾ ਹੈਗਾ। ਤੋ ਮੈਂ ਇਹ ਕਹਿਣਾ ਕਿ ਅੱਜ ਜੋ ਹਾਲਾਤ ਬਣੇ ਹੋਏ ਆ, ਪਰਟੀਕੁਲਰਲੀ ਹੈਗੇ ਇੰਡੀਆ 'ਚ ਹੀ ਹਾਂ, ਪਰ ਜਿਹੜਾ ਪੰਜਾਬ 'ਚ ਪਿਛਲੇ 10-15 ਦਿਨ ਤੋਂ ਮੈਨੂੰ ਦੇਖਣ ਨੂੰ ਮੇਰਾ ਬੜਾ ਦਿਲ ਦੁਖੀ ਹੁੰਦਾ ਹੈਗਾ। ਮੈਂ 2 ਦਿਨ ਪਹਿਲਾਂ ਵੀ ਕਿਤੇ ਪ੍ਰੈਸ 'ਚ ਗੱਲ ਕੀਤੀ ਸੀ ਵੀ ਮੈਂ ਤਾਂ ਯਾਰ ਇੰਨਾ ਤਕਲੀਫ ਆ। ਮੈਂ ਤਾਂ ਇਹ ਆਮ ਆਦਮੀ ਪਾਰਟੀ ਵਾਲਿਆਂ ਨੂੰ ਇੱਕ ਸਵਾਲ ਕਰਦਾ ਵੀ ਯਾਰ, ਤੁਸੀਂ ਜੇ 8 ਮਹੀਨੇ ਪਹਿਲਾਂ ਜਿਹੜੀ, 1 ਸਾਲ ਪਹਿਲਾਂ ਜਿਹੜੀ ਇਲੈਕਸ਼ਨ ਹੋਈ ਸੀ ਜਲੰਧਰ ਦੀ, ਕੀ ਯਾਰ ਤੁਹਾਡੇ ਕੋਲ, ਤੁਸੀਂ ਕਹਿੰਦੇ ਆ ਅਸੀਂ ਗਰੀਬਾਂ ਨੂੰ ਉੱਥੇ ਮਾਣ ਸਨਮਾਨ ਦੇਣਾ, ਤੁਹਾਡੇ ਕੋਲ ਕੋਈ ਬੰਦਾ ਉੱਥੇ ਢਾਬਾ ਚਲਾਉਣ ਵਾਲਾ ਨਹੀਂ ਸੀਗਾ, ਤੁਹਾਡੇ ਕੋਲ ਕੋਈ ਆਟੋ ਚਲਾਉਣ ਵਾਲਾ ਨਹੀਂ ਸੀ, ਪੜ੍ਹੇ ਲਿਖੇ ਮੁੰਡੇ ਵੀ ਅੱਜ ਆਟੋ ਚਲਾਉਂਦੇ ਫਿਰਦੇ ਹੈਗੇ ਆ, ਜੇ ਤੁਸੀਂ ਕਿਰਾਏ 'ਤੇ ਲਿਆ ਕੇ ਰਿੰਕੂ ਵਰਗੇ ਬੰਦੇ ਨੂੰ ਦੇਣਾ ਸੀਗਾ, ਔਰ ਸਾਰੀ ਸਰਕਾਰ ਤੁਹਾਡੀ ਉੱਥੇ ਬੈਠ ਗਈ ਹੈਂਜੀ, ਅਤੇ ਤੁਸੀਂ ਗਰੀਬ ਨੂੰ, ਤੁਹਾਡੇ ਐਕਚੁਅਲ ਜਿਹੜਾ ਤੁਹਾਡਾ ਵਰਕਰ ਸੀ ਉਹਨੂੰ ਦਿੰਦੇ ਟਿਕਟ, ਤੁਸੀਂ ਅੱਜ ਤੁਹਾਡੇ ਨਾਲ ਤਾਂ ਖੜਿਆ ਰਹਿੰਦਾ ਹੈਗਾ। ਮੈਂ ਇੱਦਾਂ ਹੀ ਦੂਜੀਆਂ ਪਾਰਟੀਆਂ ਨੂੰ ਵੀ ਕਹਾਂਗਾ ਵੀ, ਚਾਹੇ ਉਹ ਕਾਂਗਰਸ ਆ ਚਾਹੇ ਦੂਜੀਆਂ, ਵੀ ਦੇਖਿਓ ਗਲਤੀ ਨਾ ਕਰਿਓ ਵੀ ਜੇ ਬਾਹਰੋਂ ਲਿਆ ਕੇ ਤੁਸੀਂ ਕਿਰਾਏ 'ਤੇ ਬੰਦਿਆਂ ਨੂੰ ਤੁਸੀਂ ਜੇ ਟਿਕਟਾਂ ਦਿਓਗੇ, ਤੁਹਾਨੂੰ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ। ਮੈਂ ਬਾਕੀ ਪੰਜਾਬ ਦੀ ਜਨਤਾ ਨੂੰ ਵੀ ਇੱਕ ਗੱਲ ਕਹਿਣਾ ਵੀ ਯਾਰ, ਖਾਣਾ ਤਾਂ ਤੁਸੀਂ ਆਪਣਾ ਹੀ ਆ, ਆਪਣੀ ਮਿਹਨਤ ਕਰਕੇ ਖਾਣਾ। ਜਿਹੜੇ ਬੰਦੇ ਵੀ ਇੱਦਾਂ ਤੁਹਾਡੇ ਨਾਲ ਬਿਟਰੇ ਕਰਦੇ ਹੈਗੇ ਆ, ਜੇ ਤੁਸੀਂ ਨਹੀਂ ਉੱਠੋਗੇ, ਤੁਸੀਂ ਸਬਕ ਨਹੀਂ ਸਿਖਾਓਗੇ, ਤਾਂ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚਿਆਂ ਦਾ ਫਿਊਚਰ ਨਹੀਂ ਬਣੇਗਾ। ਮੈਂ ਤੁਹਾਨੂੰ ਇਹ ਪੰਜਾਬੀਆਂ ਨੂੰ ਵੀ ਮੈਂ ਇੱਕ ਗੱਲ ਕਹਿਣਾ ਹੈਗਾ ਕਿ ਤੁਸੀਂ ਇੰਨੇ ਮਤਲਬ ਕਿ ਕ੍ਰਾਂਤੀਕਾਰੀ ਹੋ, ਇਸ ਦੇਸ਼ ਦੀ ਆਜ਼ਾਦੀ 'ਚ 90% ਤੁਹਾਡਾ, 80% ਤੋਂ ਵੱਧ ਯੋਗਦਾਨ ਹੈਗਾ। ਅੱਜ ਯਾਰ ਕਿੱਥੇ ਅਸੀਂ ਖੜ੍ਹੇ ਹੋ ਗਏ? ਇਹ ਲੋਕਾਂ ਨੇ ਭਗਤ ਸਿੰਘ ਦੀ ਪੱਗ ਨੂੰ ਬੰਨ੍ਹ ਕੇ ਆਪਣੇ ਸਿਰਾਂ ਦੇ ਉੱਤੇ ਤੁਹਾਨੂੰ ਲੁੱਟ ਲਿਆ, ਝੂਠ ਬਣਾ ਕੇ ਲੁੱਟ ਲਿਆ। ਯਾਰ ਕੋਈ ਕਿਰਦਾਰ ਤਾਂ ਹੋਣਾ ਚਾਹੀਦਾ ਹੈਗਾ। ਅਤੇ ਕੋਈ ਪਾਰਟੀ ਹੈਗੀ ਹੈ, ਮੈਂ ਤੁਹਾਨੂੰ ਦੱਸਾਂ, ਉਹਨਾਂ ਨੂੰ ਕਹਾਂਗਾ ਕਿ ਜੇ ਤੁਸੀਂ ਮਾਨਸ ਜਿੱਤਾਂ ਹਾਰਾ, ਦੈਟ ਏ ਪਾਰਟ ਆਫ ਦਾ ਪੋਲੀਟਿਕਸ, ਜਿੱਤਦੇ ਵੀ ਰਹਿੰਦੇ ਹੈਗੇ। ਮੈਂ 99 'ਚ ਤੁਹਾਨੂੰ ਕਿਹਾ ਵੀ ਛੋਟੀ ਉਮਰ 'ਚ ਲੜੇ, ਸਾਨੂੰ ਪਤਾ ਸੀ ਕਿ ਹਾਰ ਜਾਣਾ, ਅਸੀਂ ਫਿਰ ਵੀ ਮੈਦਾਨੇ ਜੰਗ ਦੇ ਵਿੱਚ ਆਏ, ਅਸੀਂ ਆਏ ਹੈਗੇ ਆ। ਹੁਣ 4 ਇਲੈਕਸ਼ਨਾਂ ਮੈਂ ਉਰੇ ਲੜਿਆ, 2 ਵਾਰੀ ਹਾਰਿਆ ਹੈਗਾ। ਇਹ ਸਮਾਂ ਵੀ ਉਹ ਸੀ, ਪੰਜਾਬ ਸਫ਼ਰ ਕਰ ਰਿਹਾ ਸੀ, ਸਫ਼ਰ ਕਰ ਰਿਹਾ ਸੀਗਾ। ਤੁਸੀਂ ਦੇਖੋ ਘਰੋਂ ਬਾਹਰ ਨਹੀਂ ਸੀ ਕੋਈ ਨਿਕਲਦਾ ਹੈਂਜੀ, ਅਸੀਂ ਰਾਤਾਂ ਤੱਕ ਦੇਖ ਲਓ ਇੱਕ ਇੱਕ ਘਰ ਦੇ ਵਿੱਚ ਵੜ ਕੇ ਕੰਪੇਨ ਕਰਦੇ ਰਹਿੰਦੇ ਹੁੰਦੇ ਸੀਗੇ। ਲੋਕ ਸਾਨੂੰ ਕਹਿ ਰਹੇ ਸਾਡਾ ਬੂਹਾ ਨਾ ਖੜਕਾਇਓ, ਪਰ ਅਸੀਂ ਫਿਰ ਵੀ ਤੁਰੇ ਫਿਰਦੇ ਸੀ। ਹਰਦਿਆਲ ਜੀ, ਤੁਸੀਂ ਪਾਰਟੀਆਂ ਦਾ ਜ਼ਿਕਰ ਕੀਤਾ ਕਿ ਲੋਕ ਦੇਖਣ ਕਿ ਪਾਰਟੀਆਂ ਲਿਆ ਕੇ ਦੂਜਾ ਬੰਦਾ ਸਿਰ 'ਤੇ ਲੋਕਾਂ 'ਤੇ ਬਿਠਾ ਦਿੰਦੀਆਂ ਨੇ ਅਤੇ ਬਾਅਦ ਵਿੱਚ ਬੰਦੇ ਬਦਲ ਜਾਂਦੇ ਨੇ। ਜੇਕਰ ਮੈਂ ਕਿ ਤੁਹਾਡੇ ਕੋਲੋਂ ਸਵਾਲ ਲਾਂ ਕਿ ਕਾਂਗਰਸ ਪਾਰਟੀ ਵੱਲੋਂ ਵੀ ਗੱਲ ਚੱਲਦੀ ਹੈ ਕਿ ਧਰਮਵੀਰ ਗਾਂਧੀ ਨੂੰ ਉਹ ਟਿਕਟ ਦੇਣ ਦੇ ਲਈ ਕੋਈ ਇੱਦਾਂ ਦਾ ਕੁਛ ਹੈਗਾ? ਨਹੀਂ, ਮੈਂ ਤਾਂ ਪ੍ਰਗਟ ਸਿੰਘ ਹੋਰਾਂ ਨੇ ਮੁਲਾਕਾਤ ਕੀਤੀ। ਦੇਖੋ ਪ੍ਰਗਟ ਸਿੰਘ ਹੈਜ਼ ਨੋ ਅਥਾਰਟੀ, ਉਹਨੂੰ ਕੋਈ ਅਥਾਰਟੀ ਨਹੀਂ ਹੈ ਕਿ ਉਹ ਆ ਕੇ ਕਿਸੇ ਨੂੰ ਟਿਕਟ ਦੇ ਜਾਂ ਕੋਈ ਅਨਾਊਂਸਮੈਂਟ ਕਰ ਦੇ। ਦੈਟਸ ਵੈਰੀ ਰੋਂਗ। ਮੈਂ ਬਿਲਕੁਲ ਮਤਲਬ ਕਹਿੰਦਾ ਇਸ ਗੱਲ ਨੂੰ ਕੰਡੈਮ ਕਰਦਾ ਹੈਗਾ। ਦੂਜੀ ਗੱਲ ਇਹ ਹੈਗੀ ਆ, ਚਲੋ ਗਾਂਧੀ ਸਾਹਿਬ ਦਾ ਮੈਂ ਸਤਿਕਾਰ ਕਰਦਾ ਹਾਂ, ਹੀ ਇਜ਼ ਏ ਗੁੱਡ ਪਰਸਨ, ਠੀਕ ਹੈ। ਨਹੀਂ ਮੈਂ ਕਿਉਂ ਕਿਸੇ ਦੇ ਬਾਰੇ ਮੈਂ ਬੋਲਦਾ ਨਹੀਂ ਹੈਗਾ, ਪਰ ਠੀਕ ਹੈ ਜੇ ਹੁਣ ਕਾਂਗਰਸ 'ਚ ਨਹੀਂ ਕੋਈ ਬੰਦੇ ਹੈਗੇ, ਦੱਸੋ ਤੁਸੀਂ, ਫਿਰ ਉੱਥੇ ਆਉਂਦੀ ਹੈ ਗੱਲ ਕਿ ਤੁਹਾਨੂੰ ਇਹਦਾ ਮਤਲਬ ਤੁਹਾਨੂੰ ਆਪਣੇ ਬੰਦਿਆਂ 'ਤੇ ਵਿਸ਼ਵਾਸ ਨਹੀਂ ਹੈਗਾ ਅਤੇ ਤੁਹਾਨੂੰ ਦੂਜੇ ਬੰਦਿਆਂ 'ਤੇ ਵਿਸ਼ਵਾਸ ਹੈ, ਅਤੇ ਤੁਸੀਂ ਆਪਣੇ ਬੰਦੇ ਨੂੰ ਦਿਓ। ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਹੈਗਾ ਵੀ ਤੁਸੀਂ ਆਪਣੇ ਬੰਦੇ ਨੂੰ ਦਿਓ, ਔਰ ਲੋਕਲ ਬੰਦਿਆਂ ਨੂੰ ਦਿਓ ਤੁਸੀਂ।
ਹੁਣ ਉਰੇ ਜਿਹੜੀ ਟੋਟਲ ਕਾਂਗਰਸ ਹੈਗੀ ਆ ਉਹ ਯੂਨਾਈਟ ਹੋਈ ਹੋਈ ਹੈਗੀ ਆ ਵੀ ਅਸੀਂ ਬਾਹਰੋਂ ਨਹੀਂ ਕਿਸੇ ਨੂੰ ਲਿਆਉਣ ਦੇਣਾ, ਦੂਜੀ ਪਾਰਟੀ 'ਚੋਂ ਨਹੀਂ ਅਸੀਂ ਲਿਆਉਣ ਦੇਣਾ। ਤਾਂ ਉਹੀ ਹਾਲ ਹੋਏਗਾ ਜਿਹੜਾ ਉਹ ਜਲੰਧਰ ਦੇ ਵਿੱਚ ਜਿਹੜਾ ਕੀਤਾ ਗਿਆ, ਤੁਸੀਂ ਦੇਖ ਲਓ ਟਿਕਟਾਂ ਅਨਾਊਂਸ ਕਰਕੇ ਵੀ ਲੋਕ ਭੱਜ ਦੂਜੀਆਂ ਪਾਰਟੀਆਂ 'ਚ ਸ਼ਾਮਿਲ ਹੋ ਗਏ। ਜੀ ਹਰਦਿਆਲ ਜੀ, ਦੇਖੋ ਕਿ ਇੱਕ ਗੱਲ ਬੜੀ ਇੰਟਰਸਟਿੰਗ ਹੈ, 14 ਦੇ ਵਿੱਚ ਲੜੀ ਸੀ ਗਾਂਧੀ ਸਾਹਿਬ ਨੇ ਚੋਣ, ਹਾਂਜੀ, ਅਤੇ ਐਮ ਪੀ ਬਣ ਗਈ ਸੀ। ਉਦੋਂ ਗਾਂਧੀ ਸਾਹਿਬ ਹੀ ਕਹਿੰਦੇ ਸੀ ਕਿ 70 ਸਾਲ ਤੋਂ ਕਾਂਗਰਸ ਨੇ ਦੇਸ਼ ਨੂੰ ਲੁੱਟਿਆ, ਅਤੇ ਅੱਜ ਫਿਰ ਕਾਂਗਰਸ ਵਰਤੀ ਜਾਣ ਦੀ। ਮੈਂ ਤਾਂ ਹੀ ਮੈਨੂੰ ਕੋਈ ਉਹਨਾਂ ਦੀ ਵੀਡੀਓ ਸੁਣਾ ਕੇ ਗਿਆ ਸੀਗਾ, ਉਹਨਾਂ ਨੇ ਰੁੱਗ ਭਰ ਭਰ ਕੇ ਕਾਂਗਰਸ ਨੂੰ ਗਾਲਾਂ ਕੱਢੀਆਂ ਹੋਈਆਂ ਜੀ, ਅਤੇ ਉਹ ਨਾਲ ਦੀ ਨਾਲ ਚੱਲਣਗੀਆਂ, ਉਹਨਾਂ ਨੂੰ ਵੀ ਸਵਾਲ ਕਰਨਗੇ ਲੋਕ, ਅਤੇ ਜਿਹੜੇ ਕਾਂਗਰਸ ਦਾ ਵਰਕਰ ਉਹਦੀ ਹਾਸੋਹੀਣੀ ਪੋਜੀਸ਼ਨ ਹੋਏਗੀ। ਅਤੇ ਮੈਂ ਤਾਂ ਹੀ ਤਾਂ ਕਹਿੰਦਾ ਕਿ ਤੁਸੀਂ ਔਖਾ ਹੋ ਜੂਗਾ, ਬਹੁਤ ਜਵਾਬ ਦੇਣਾ ਔਖਾ ਹੋ ਜਾਏਗਾ। ਮੈਂ ਤਾਂ ਹੀ ਤਾਂ ਹੁਣ ਉਹ ਰਵਨੀਤ ਬਿੱਟੂ ਗਏ ਆ, ਅਤੇ ਇੱਕ ਹਫ਼ਤਾ ਪਹਿਲਾਂ ਤਾਂ ਤੁਸੀਂ ਦੇਖੋ ਬੀਜੇਪੀ ਨੂੰ ਕਿਵੇਂ ਗਾਲਾਂ ਕੱਢ ਰਹੇ ਸੀ। ਅੱਜ ਬੀਜੇਪੀ ਦੇ ਵਰਕਰ ਉੱਥੇ ਸੋਚ ਰਹੇ ਵੀ ਅਸੀਂ ਕਿਵੇਂ ਇਹਦੇ ਬੰਦੇ ਦੇ ਨਾਲ ਅਸੀਂ ਤੁਰਾਂਗੇ, ਅਤੇ ਜਿਹੜੇ ਕਾਂਗਰਸ ਦਾ ਵਰਕਰ ਸੀਗਾ ਉਹ ਵੀ ਬੜਾ ਵਿਚਾਰਾ ਦੁਖੀ ਹੋਇਆ ਪਿਆ ਹੈਗਾ। ਅਤੇ ਤੁਸੀਂ, ਮੈਂ ਤਾਂ ਹੀ ਕਹਿ ਰਿਹਾ ਹੈਗਾ ਵੀ ਤੁਸੀਂ ਕਿਉਂ ਇੱਦਾਂ ਲਿਆ ਕੇ ਗੇਰਦੇ ਹੋ, ਤੁਸੀਂ ਇਹ ਹਰ ਪਾਰਟੀ ਦੇ ਲਈ ਕਹਿ ਰਿਹਾ ਮੈਂ ਤੁਸੀਂ, ਕਿ ਤੁਹਾਨੂੰ ਆਪਣੇ ਬੰਦਿਆਂ 'ਤੇ ਯਕੀਨ ਹੋਣਾ ਚਾਹੀਦਾ ਯਾਰ, ਜਿੱਤ ਹਾਰਿਆਂ ਚੱਲਦੀਆਂ ਰਹਿੰਦੀਆਂ ਨੇ। ਹਰਦਲ ਜੀ, ਜਿਵੇਂ ਤੁਸੀਂ, ਮੇਰਾ ਆਖਰੀ ਸਵਾਲ, ਜਿਵੇਂ ਤੁਸੀਂ ਰਾਜਪੁਰਾ ਦੀ ਡਿਵੈਲਪਮੈਂਟ ਗਣਾਈ, ਅਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਉਹਦੇ ਨਾਲ ਸਾਂਭ ਸੰਭਾਲ ਹੋ ਰਹੀ ਹੈ, ਰਾਜਪੁਰਾ ਦੇ ਵਿੱਚ ਕਰਪਸ਼ਨ ਹੈ, ਅਤੇ ਸਿਸਟਮੈਟਿਕਲ ਤਰੀਕੇ ਦੇ ਨਾਲ ਕੁਛ ਵੀ ਰਾਜਪੁਰਾ ਦੇ ਵਿੱਚ ਹੈ ਨਹੀਂ, ਤਾਂ ਉਦੋਂ ਫਿਰ ਮਨ ਨੂੰ ਕੀ ਮਹਿਸੂਸ ਹੁੰਦਾ ਕਿ ਜਿਸ ਰਾਜਪੁਰਾ ਦੇ ਲਈ ਮੈਂ ਇੰਨੇ ਸਾਲ ਲਾਏ ਅਤੇ ਅੱਗੇ ਫਿਊਚਰ ਪਲਾਨ ਲਾਏ ਸੀਗੇ ਇਹ ਰਾਜਪੁਰਾ ਦੇ ਲਈ ਕਰਨਾ, ਅਤੇ ਉਹ ਸਾਰੀਆਂ ਚੀਜ਼ਾਂ ਫਿਰ ਆਪਣੀਆਂ ਅੱਖਾਂ ਸਾਹਮਣੇ ਢਹਿ ਢੇਰੀ ਹੁੰਦੇ ਦੇਖਣਾ? ਬਹੁਤ ਮਨ ਦੁੱਖ ਹੁੰਦਾ, ਤੁਸੀਂ ਸੱਚੀ, ਮੈਂ ਦੱਸ ਨਹੀਂ ਸਕਦਾ ਕਈ ਵਾਰੀ ਨਾ, ਕਈ ਥਾਂ ਮੈਂ ਇੰਨੇ ਸੋਹਣੇ ਅਤੇ ਬਣਾਏ, ਮਤਲਬ ਕਿ ਜਦੋਂ ਮੈਂ ਉੱਥੇ ਜਾਂਦਾ ਨਾ, ਮੈਂ ਤਾਂ ਮਨ ਨੂੰ ਮੇਰੇ ਬਹੁਤ ਠੇਸ ਪਹੁੰਚਦੀ ਹੈਗੀ ਆ। ਵੈਸੇ ਤਾਂ ਮੈਂ ਟੋਟਲ ਪਾਰਲੀਮੈਂਟ 'ਚ ਬਹੁਤ ਕੰਮ ਕੀਤਾ, ਪਰ ਮੈਂ ਇੱਕ ਤੁਹਾਨੂੰ ਕਹਾਂਗਾ, ਚਲੋ ਉਹ ਕਿਤੇ ਮੇਰੇ ਨਾਲ ਫਿਰ ਗੱਲ ਕਰੋ, ਮੈਂ ਪੂਰੀ ਪਾਰਲੀਮੈਂਟ 'ਤੇ ਵੀ ਤੁਹਾਡੇ ਨਾਲ ਗੱਲ ਕਰਾਂਗਾ ਵੀ ਮੈਂ ਇਹ ਚਾਹੁੰਦਾ ਸੀ ਵੀ ਉਰੇ ਇਹ ਹੋ ਜਾਵੇ, ਪਰ ਇਹ ਕਿਸੇ ਨੇ ਕੀਤਾ ਨਹੀਂ ਹੈਗਾ, ਠੀਕ ਹੈ ਨਹੀਂ, ਉਹ ਫਿਰ ਤੁਸੀਂ ਕਿਸੇ ਦਿਨ ਮੇਰੇ ਨਾਲ ਬੈਠੋਗੇ ਅਤੇ ਮੈਂ ਗੱਲ ਕਰਾਂਗਾ। ਬਟ ਹੁਣ ਜਿੱਥੇ ਤੱਕ ਰਾਜਪੁਰੇ ਦਾ ਸਵਾਲ ਆ, ਤਾਂ ਮੈਂ ਤਾਂ ਅੱਜ ਵੀ ਰਾਜਪੁਰਾ ਨਿਵਾਸੀਆਂ ਦੇ ਨਾਲ ਹਰ ਗੱਲ ਨੂੰ ਦੇਖ ਲਓ ਮੈਂ ਨਾਲ ਖੜਦਾ, ਅਤੇ ਜੇ ਸ਼ਹਿਰ 'ਚ ਸਾਡੇ ਚੈਨਲ ਜਰੀਏ ਤੁਸੀਂ ਰਾਜਪੁਰਾ ਵਾਸੀਆਂ ਦੇ ਨਾਲ ਕੋਈ ਗੱਲ ਕਰਨੀ ਹੋਵੇ, ਕੋਈ ਮੈਸੇਜ, ਤਾਂ ਕੀ ਹੋਊਗਾ ਉਹ? ਨਹੀਂ, ਰਾਜਪੁਰਾ ਵਾਸੀ ਦੇਖੋ ਮੇਰੇ ਆਪਣੇ ਆ, ਬੜਾ ਮੈਨੂੰ ਪਿਆਰ ਦਿੱਤਾ, ਮਾਨ ਸਨਮਾਨ ਦਿੱਤਾ ਇਹਨਾਂ ਨੇ, ਔਰ ਮੈਨੇ ਵੀ ਕੋਈ ਕਸਰ ਨਹੀਂ ਛੱਡੀ ਦੇਖੋ ਤੁਸੀਂ, ਅਤੇ ਇੱਥੇ ਦੀਆਂ ਧੀਆਂ ਮੇਰੀਆਂ ਧੀਆਂ ਨੇ, ਇੱਥੇ ਦੀਆਂ ਭੈਣਾਂ ਮੇਰੀਆਂ ਭੈਣਾਂ ਨੇ, ਬੱਚੇ ਸਾਡੇ ਬੱਚੇ ਹੈਗੇ ਆ, ਅਤੇ ਜਿਹੜੇ ਬਾਕੀ ਮੇਰੇ ਭਰਾ ਹੈਗੇ, ਮੈਂ ਤਾਂ ਉਹਨਾਂ ਨੂੰ ਇਹ ਕਹਿ ਰਿਹਾ ਹੈਗਾ ਕਿ ਤੁਸੀਂ ਆਪਾਂ ਵਾਰ ਵਾਰ ਇਹ ਗਲਤੀ ਨਾ ਦੁਹਰਾਇਓ, ਔਰ ਤੁਸੀਂ ਪਰਖਿਆ ਹੋਇਆ ਜਿਹੜਾ ਵੀ ਤੁਹਾਡੇ ਸਾਹਮਣੇ ਇਨਸਾਨ ਹੈਗਾ, ਫਿਰ ਤੁਸੀਂ ਕਿਤੇ ਗਲਤੀ ਕਰਕੇ ਮੁੜ ਕੇ ਫਿਰ 10 ਸਾਲ ਹੋਰ ਨੁਕਸਾਨ ਚੱਲਦੇ ਰਹੋ, ਤੋ ਇਹ ਆਪਾਂ ਆਪਣੀ ਕੋਸ਼ਿਸ਼ ਇਹ ਹੋਏਗੀ ਕਿ ਜੇ ਆਪਾਂ ਇਸ ਸਟੇਟ 'ਚੋਂ ਜਾਂ ਨੌਰਦਰਨ ਇੰਡੀਆ 'ਚੋਂ ਇਸ ਸ਼ਹਿਰ ਨੂੰ ਬੁਲਾ ਕੇ ਆਏ ਹਾਂ, ਤਾਂ ਪਰਮਾਤਮਾ ਨੇ ਤੁਹਾਡੇ ਰਾਹੀਂ, ਰਾਜਪੁਰਾ ਨਿਵਾਸੀਆਂ ਦੇ ਰਾਹੀਂ ਮੈਨੂੰ ਫਿਰ ਮੌਕਾ ਮਿਲਿਆ, ਤਾਂ ਮੈਂ ਇਸ ਸ਼ਹਿਰ ਨੂੰ ਭਾਰਤ ਦਾ 1 ਸ਼ਹਿਰ ਬਣਾ ਕੇ ਦਿਖਾਵਾਂਗਾ, ਔਰ ਤੁਹਾਡੇ ਸਾਹਮਣੇ ਮੇਰੇ ਆਪਣੀ ਅੱਖਾਂ ਨਾਲ ਤੁਸੀਂ ਦੇਖੋਗੇ, ਮੈਂ ਦੇਖਾਂਗਾ। ਬਾਕੀ ਬਿਲਕੁਲ, ਕੱਲ੍ਹ ਵੀ ਉਹਨਾਂ ਦੇ ਨਾਲ ਸੀ, ਅੱਜ ਵੀ ਨਾਲ ਹਾਂ, ਕਦੇ ਜੇ ਉਹਨਾਂ ਦੇ ਕੰਡਾ ਚੁੱਭਦਾ ਤਾਂ ਤਕਲੀਫ ਮੈਨੂੰ ਹੁੰਦੀ ਹੈ, ਮੈਂ ਤੁਹਾਨੂੰ ਦੱਸਾਂ, ਹਾਂ, ਅਤੇ ਮੈਂ ਬਿਲਕੁਲ ਵੀ ਮਤਲਬ ਕਹਿਣ ਦਾ ਉਹਨਾਂ ਦਾ ਨੁਕਸਾਨ ਨਹੀਂ ਦੇਖ ਸਕਦਾ, ਔਰ ਨਾ ਮੈਂ ਹੋਣ ਦੇਣਾ, ਚਾਹੇ ਜਿੰਨਾ ਮਰਜ਼ੀ ਇਹ ਮੌਜੂਦਾ MLA ਜ਼ੋਰ ਲਾ ਲੈ, ਚਾਹੇ ਕੋਈ ਹੋਰ ਜ਼ੋਰ ਲਾ ਲੈ। ਜੀ ਬਿਲਕੁਲ, ਸੋ ਹਰਦਿਆਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਅਤੇ ਚੋਣਾਂ ਦੇ ਦਿਨ ਨੇ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਸਾਡੇ ਲਈ ਟਾਈਮ ਕੱਢਿਆ, ਹਾਲਾਂਕਿ ਤੁਸੀਂ ਰਾਜਨੀਤੀ ਦੀ ਇੱਕ ਤੁਰਦੀ ਫਿਰਦੀ ਸੰਸਥਾ ਹੋ, ਬਹੁਤ ਗੱਲਾਂ ਹੋ ਸਕਦੀਆਂ ਨੇ, ਤੁਸੀਂ ਵੀ ਜ਼ਿਕਰ ਕੀਤਾ ਗਿਆ ਪਾਰਲੀਮੈਂਟ ਜਾਂ ਡਿਵੈਲਪਮੈਂਟ, ਵਿਕਾਸ, ਤੁਹਾਡੀ ਜ਼ਿੰਦਗੀ ਜਾਂ ਰਾਜਨੀਤੀ ਦੇ ਤਜਰਬੇ, ਜ਼ਰੂਰ ਸਮੇਂ ਸਮੇਂ 'ਤੇ ਬੈਠਦੇ ਰਹਾਂਗੇ, ਸਾਰਾ ਕੁਝ ਸਾਂਝਾ ਕਰਦੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਥੈਂਕ ਯੂ ਪੰਗੂ ਜੀ, ਬਹੁਤ ਬਹੁਤ, ਅਤੇ ਮੈਨੂੰ, ਮੈਂ ਨਿੱਜੀ ਤੌਰ 'ਤੇ, ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਤੁਹਾਡਾ ਜਿਹੜਾ ਚੈਨਲ ਆ,
ਲੋਕ ਰੰਗ ਚੈਨਲ ਜਿਹੜਾ ਬਹੁਤ ਮੈਂ ਤੁਹਾਡੀ ਹਰ ਜਿਹੜੀ ਕਿਤੇ ਵੀ ਸ਼ਖਸੀਅਤ ਦੀ ਇੰਟਰਵਿਊ ਜਾਂ ਤੁਹਾਡਾ ਮਸਲਾ ਜਿਹੜਾ ਵੀ ਉਠਾਉਂਦੇ ਹੋ ਮੈਂ ਬਹੁਤ ਧਿਆਨ ਦੇ ਨਾਲ ਉਹ ਦੇਖਦਾ ਹੈਗਾ। ਤਾਂ ਮੈਂ ਤਾਂ ਤੁਹਾਡੇ ਲਈ ਵੀ ਇਹੀ ਪ੍ਰੇ ਕਰਦਾ ਕਿ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਤੁਸੀਂ ਅੱਗੇ ਮਿਹਨਤ ਕਰਕੇ ਇੰਨਾ ਅੱਗੇ ਵਧੋ ਕਿ ਇੱਕ ਬਹੁਤ ਵਧੀਆ ਮਤਲਬ ਕਹਿਣ ਦਾ ਵੀ ਤੁਹਾਡੀ ਜਿਹੜੀ ਰੀਚ ਜਿਹੜੀ ਹੈਗੀ ਆ ਉਹ ਜਨ ਜਨ ਤੱਕ ਪਹੁੰਚਣੀ ਚਾਹੀਦੀ ਹੈਗੀ ਆ। ਸੋ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੋਏਗੀ ਕਿ ਅੱਗੇ ਵਧੋ। ਬਾਕੀ ਹਮੇਸ਼ਾ ਮੈਂ ਤੁਹਾਡੇ ਨਾਲ ਹਾਂ, ਤੁਹਾਡੇ ਰਾਹੀਂ ਮੈਂ ਜਨਤਾ ਦੇ ਨਾਲ ਹਾਂ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਮੇਰੇ ਨਾਲ ਰਾਜਪੁਰਾ ਤੋਂ ਸਾਬਕਾ MLA ਸਰਦਾਰ ਹਰਦਿਆਲ ਸਿੰਘ ਕੰਬੋਜ ਸਾਹਿਬ ਸੀ। ਹਰਦਿਆਲ ਸਿੰਘ ਕੰਬੋਜ ਸਾਹਿਬ ਨਾਲ ਅਸੀਂ ਜਿਹੜੀ ਆਹ ਗੱਲਬਾਤ ਕੀਤੀ, ਆਹ ਰਾਜਨੀਤੀ ਦੇ ਸੰਦਰਭ ਦੇ ਵਿੱਚ ਵੀ ਸੀ, ਜ਼ਿੰਦਗੀ ਦੇ ਸੰਦਰਭ ਦੇ ਵਿੱਚ ਵੀ ਸੀ। ਹੁਣ ਤੁਸੀਂ ਦੇਖੋ ਕਿ 2024 ਦੀ ਚੋਣ ਹੈ, ਸਮੇਂ ਸਮੇਂ 'ਤੇ ਆਪਾਂ ਕੰਬੋਜ ਸਾਹਿਬ ਦੇ ਵਿਚਾਰ ਵੀ ਲੈਂਦੇ ਰਹਾਂਗੇ, ਕਿਉਂਕਿ ਡਿਵੈਲਪਮੈਂਟ ਬੜੀ ਹੋਣਾ ਇਸ ਪੋਲੀਟਿਕਸ ਦੇ ਵਿੱਚ, ਜਾਂ ਫਿਰ ਪੋਲੀਟਿਕਸ ਨੇ ਹੁਣ ਸਫ਼ਰ ਬੜਾ ਕਰਨਾ ਇਹਨਾਂ 2 ਮਹੀਨਿਆਂ ਦੌਰਾਨ ਪੰਜਾਬ ਦੀ ਰਾਜਨੀਤੀ ਦੇ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਚੁੱਕੇ ਹੋ, ਅਸੀਂ ਉਹਨਾਂ ਨਾਲ ਸਾਰੀ ਸ਼ਖਸੀਅਤ ਨਾਲ ਤੁਹਾਡੀ ਗੱਲ ਵੀ ਕਰਾ ਚੁੱਕੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਾਰਟੀਆਂ ਬਦਲੀਆਂ ਗਈਆਂ, ਕਿਸ ਤਰੀਕੇ ਦੇ ਨਾਲ ਇੱਕ ਵਿਚਾਰਧਾਰਾ, ਇੱਕ ਆਈਡੀਓਲੋਜੀ ਨੂੰ ਪਿੱਛੇ ਰੱਖ ਕੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਕਰਨ ਦੇ ਲਈ ਇਹ ਫੈਸਲੇ ਲਏ ਗਏ, ਜਿਹੜੇ ਫੈਸਲੇ ਜਨਤਾ ਦੇ ਬਿਲਕੁਲ ਉਲਟ ਸੀ। ਅਸੀਂ ਇਸ ਗੱਲ ਨੂੰ ਹਿੱਕ ਟੋਕ ਕੇ ਕਹਿੰਦੇ ਹਾਂ ਕਿ ਜਦੋਂ ਲੋਕਾਂ ਨੇ ਤੁਹਾਨੂੰ ਕਿਸੇ ਗੱਲ ਨੂੰ ਆਧਾਰ ਬਣਾ ਕੇ ਵੋਟਾਂ ਪਾ ਕੇ ਸੱਤਾ ਦਿੱਤੀ ਤਾਂ ਤੁਸੀਂ ਉਸ ਗੱਲ ਦੇ ਉੱਪਰ ਖੜ੍ਹੇ ਨਹੀਂ, ਉਸ ਗੱਲ ਤੋਂ ਤੁਸੀਂ ਪਿੱਛੇ ਹਟ ਕੇ ਸਿਰਫ ਤੁਸੀਂ ਆਪਣੀ ਨਿੱਜ ਦੀ ਪੂਰਤੀ ਦੇ ਲਈ ਲੋਕਾਂ ਦੇ ਨਾਲ ਧੋਖਾ ਕੀਤਾ। ਅਸੀਂ ਇਸ ਗੱਲ ਦੀ ਬਿਲਕੁਲ ਹਮੀ ਨਹੀਂ ਭਰਦੇ ਹੈਗੇ ਕਿ ਤੁਸੀਂ ਠੀਕ ਕਰ ਰਹੇ ਹੋ, ਅਸੀਂ ਹਿੱਕ ਟੋਕ ਕੇ ਕਹਿੰਦੇ ਹਾਂ ਕਿ ਤੁਸੀਂ ਆਹ ਗਲਤ ਕੀਤਾ। ਪਰ ਹਰ ਵਾਰ ਦੀ ਤਰ੍ਹਾਂ ਤੁਸੀਂ ਆਪਣੀ ਜਿਹੜੀ ਫੀਡਬੈਕ ਹੈ ਦੋਸਤੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਉਹ ਭੇਜ ਸਕਦੇ ਹੋ।